الحمد لله الحمد لله رب العالمين والعاقبة للمتقين الصلاة والسلام على قائد الغر المحجلين وآله الطيبين الطاهرين وأصحابه أجمعين أما بعد فأعوذ بالله من الشيطان الرجيم بسم الله الرحمن الرحيم يا أيها الذين آمنوا استعينوا بالصبر والصلاة إن الله مع الصابرين قال الله تبارك وتعالى في شأن حبيبه مخبرا وآمرا إن الله وملائكته يصلون على النبي يا أيها الذين آمنوا صلوا عليه وسلموا تسليما سارے مل کے درود پاک پڑھیاں صلاۃ و سلام علیک یا سیدی یا رسول اللہ وعلى آلک و اصحابک یا سیدی یا حبیب اللہ بلند آوازاں سارے پڑھیاں صلاۃ وعلی آلک و اصحابک یا سیدی یا شفیع المذنبین ہاں دل بے چین نو چین دی لوڑے دل بے چین نو چین دی لوڑے سانو میم تین دی لوڑے دل بے چین نو چین دی لوڑے دل بے چین نو چین دی لوڑے سانو میم تین دی لوڑے دل بے چین نو چین دی لوڑے اور جنت تینو جانے دیا گے جنت تینو جان دیانگے بس ہے درد حسین دی لوڑے بس ہے درد حسین دی لوڑے سانو میم تین دی لوڑے دل بے چین نو
ਚੈਨ ਦੀ ਲੋੜੇ ਦਿਲ ਬੇਚੈਨ ਨੂੰ ਚੈਨ ਦੀ ਲੋੜੇ ਔਰ ਤੈਨੂੰ ਹੋਵਰ ਯਜ਼ੀਦ ਮੁਬਾਰਕ ਤੈਨੂੰ ਹੋਵਰ ਯਜ਼ੀਦ ਮੁਬਾਰਕ ਪਰ ਸਾਨੂੰ ਹਸਨੋ ਹੁਸੈਨ ਦੀ ਲੋੜੇ ਸਾਨੂੰ ਹਸਨੋ ਹੁਸੈਨ ਦੀ ਲੋੜੇ ਸਾਨੂੰ ਹਸਨੋ ਹੁਸੈਨ ਦੀ ਲੋੜੇ ਸਾਨੂੰ ਮੀਮ ਤੈਨ ਦੀ ਲੋੜੇ ਦਿਲ ਬੇਚੈਨ ਨੂੰ ਚੈਨ ਦੀ ਲੋੜੇ ਔਰ ਜ਼ਹਰਾ ਦੀ ਆਮਦ ਤੇ ਖੁਸ਼ ਹੋ ਜਾ ਜ਼ਹਰਾ ਦੀ ਆਮਦ ਤੇ ਖੁਸ਼ ਹੋ ਜਾ ਜੇ ਤੈਨੂੰ ਸੁਖ ਚੈਨ ਦੀ ਲੋੜੇ ਅੱਲਾਹ ਤਬਾਰਕ ਵਤਾਲਾ ਦੀ ਹਮਦੋ ਸਨਾ ਤੋਂ ਬਾਅਦ ਦਰੂਦੋ ਸਲਾਮ ਬਰਗਾਹੇ ਸੈਯਦੁਲ ਅੰਬੀਆ ਮਹਬੂਬੇ ਕਿਬਰੀਆ ਸ਼ਾਫੀ ਰੋਜ਼ੇ ਜਦਾ ਨਬੀ ਅਕਰਮ ਸ਼ਫੀ ਮੁਅੱਜ਼ਮ ਤਾਜਦਾਰ ਬਤਹਾ ਸਰਵਰ ਕਾਇਨਾਤ ਫਖਰ ਮੌਜੂਦਾਤ ਬਾਈ ਸੇ ਦਖਲੀ ਕੇ ਕਾਇਨਾਤ ਸਦਰ ਬਜ਼ਮ ਕਾਇਨਾਤ ਮਸਤਰ ਕਾਇਨਾਤ ਜਨਾਬ ਅਹਿਮਦ ਮੁਸ਼ਤਫ਼ਾ ਮੁਹੰਮਦ ਮੁਸਤਫ਼ਾ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ ਤੋਂ ਬਾਅਦ ਇੰਤਹਾਈ ਵਾਜਬ ਉਲਹਿਤਰਾਮ ਮੁਅੱਜ਼ਮ ਮੁਹਤਰਮ ਸਾਮੀਨ ਗਰਾਮ ਅਸਲਾਮੁ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹ ਆਦਰੀਨ ਮੁਹਤਸ਼ਮ ਇਸਲਾਮੀ ਸਾਲ ਦਾ ਪਹਿਲਾ ਮਹੀਨਾ ਮੁਹਰਮ ਉਲ ਹਰਾਮ ਦਾ ਮਾਹੇ ਮੁਬਾਰਕ ਤਸ਼ਰੀਫ ਲੈ ਕੇ ਆ ਗਿਆ ਤੁਹਾਨੂੰ ਪਤਾ ਹੈ ਕਿ ਸਾਲ ਦਾ ਆਖਰੀ ਮਹੀਨਾ ਦੁਲਹਿਜਾ ਔਰ ਇਸਲਾਮੀ ਸਾਲ ਦਾ ਪਹਿਲਾ ਮਹੀਨਾ ਮੁਹਰਮ ਉਲ ਹਰਾਮ ਆਖਰੀ ਮਹੀਨੇ ਦੇ ਅੰਦਰ ਵੀ ਇੱਕ ਕੁਰਬਾਨੀ ਹੈ ਔਰ ਪਹਿਲੇ ਮਹੀਨੇ ਦੇ ਅੰਦਰ ਵੀ ਇੱਕ ਕੁਰਬਾਨੀ ਹੈ ਮਗਰ ਉਸ ਕੁਰਬਾਨੀ ਤੋਂ ਆਗਾਜ਼ ਕੀਤਾ ਜਾ ਰਿਹਾ ਇਸ ਕੁਰਬਾਨੀ 'ਤੇ ਇਖਤਤਾਮ ਕੀਤਾ ਜਾ ਰਿਹਾ ਉਸ ਮਹੀਨੇ ਦੇ ਅੰਦਰ ਅੱਲਾਹ ਦੇ ਨਬੀ ਹਜ਼ਰਤ ਇਬਰਾਹੀਮ ਅਲੈਹਿ ਸਲਾਤੁ ਵਸਲਾਮ ਆਪ ਆਪਣੇ ਪੁੱਤਰ ਨੂੰ ਹਜ਼ਰਤ ਇਸਮਾਈਲ ਅਲੈਹਿ ਸਲਾਤੁ ਵਸਲਾਮ ਨੂੰ ਕੁਰਬਾਨੀ ਵਾਸਤੇ ਲੈ ਕੇ ਜਾ ਰਹੇ ਅੱਲਾਹ ਦੀ ਬਾਰਗਾਹ ਦੇ ਅੰਦਰ ਇੱਕ ਪੁੱਤਰ ਲੈ ਕੇ ਗਏ ਅਤੇ ਉਹ ਵੀ ਵਾਪਸ ਲੈ ਕੇ ਆ ਗਏ ਮਗਰ ਕਈ ਹਜ਼ਾਰਾਂ ਸਾਲਾਂ ਬਾਅਦ ਉਸੇ ਹੀ ਖਾਨਦਾਨ ਦੇ ਚਸ਼ਮੋ ਚਰਾਗ ਇਮਾਮੇ ਅਲੀ ਮਕਾਮ ਇਮਾਮੇ ਹੁਸੈਨ ਰਜ਼ੀ ਅੱਲਾਹੁ ਤਾਲਾ ਅਨਹੋ ਆਪ ਕਰਬਲਾ ਦੇ ਮੈਦਾਨ ਦੇ ਅੰਦਰ ਅੱਲਾਹ ਦੀ ਰਾਹ ਦੇ ਵਿੱਚ ਕੁਰਬਾਨੀਆਂ ਦੇਣ ਵਾਸਤੇ ਆਏ ਅਤੇ ਸਿਵਾਏ ਮਰਦਾਂ 'ਚੋਂ ਹਜ਼ਰਤ ਇਮਾਮੇ ਜ਼ੈਨੁਲ ਆਬਿਦੀਨ ਔਰ ਹਜ਼ਰਤ ਇਮਾਮ ਹਸਨ ਮੁਸੰਨਾ ਰਜ਼ੀ ਅੱਲਾਹੁ ਤਾਲਾ ਅਨਹ ਇਹਨਾਂ ਤੋਂ ਇਲਾਵਾ ਕੋਈ ਵੀ ਮਰਦ ਵਾਪਸ ਨਹੀਂ ਆਇਆ ਉਹ ਵੀ ਦੀਨ ਦੀ ਖਾਤਰ ਅੱਲਾਹ ਦੀ ਰਜ਼ਾ ਵਾਸਤੇ ਗਏ ਇਹ ਵੀ ਅੱਲਾਹ ਦੀ ਰਜ਼ਾ ਵਾਸਤੇ ਕੁਰਬਾਨੀ ਕਰਨ ਵਾਸਤੇ ਜਾ ਰਹੇ ਨੇ ਅੱਲਾਹ ਦੀ ਰਾਹ ਦੇ ਵਿੱਚ ਕੁਰਬਾਨ ਹੋਣ ਵਾਸਤੇ ਜਾ ਰਹੇ ਨੇ ਆਪਣੇ ਭਤੀਜਿਆਂ ਭਾਂਜਿਆਂ ਅਤੇ ਆਪਣੇ ਪੁੱਤਰਾਂ ਨੂੰ ਅੱਲਾਹ ਦੀ ਰਾਹ ਦੇ ਵਿੱਚ ਕੁਰਬਾਨ ਕਰ ਦਿੱਤਾ ਉਸ ਹੀ ਚਸ਼ਮੋ ਚਰਾਗ ਦੇ ਉਸ ਹੀ ਦੀਨ ਦੀ ਖਾਤਰ ਅੱਲਾਹ ਨੇ ਕੁਰਾਨ ਵਿੱਚ ਇਰਸ਼ਾਦ ਫਰਮਾਇਆ ਕਿ ਵਫਦਈ ਨਾਹੂ ਬਿਜ਼ਬਹਿਨ ਅਜ਼ੀਮ ਫਰਮਾਇਆ ਅਸੀਂ ਇਸਮਾਈਲ ਅਲੈਹਿ ਸਲਾਮ ਦੇ ਬਦਲੇ ਨਾ ਜ਼ਬਹ ਅਜ਼ੀਮ ਦਿੱਤਾ ਹੁਣ ਹਜ਼ਰਤ ਇਸਮਾਈਲ ਅਲੈਹਿ ਸਲਾਤੁ ਵਸਲਾਮ ਦੇ ਬਦਲੇ ਤੁਹਾਨੂੰ ਪਤਾ ਕਿ ਉਹ ਦੁੰਬਾ ਜ਼ਬਾ ਹੋ ਗਿਆ ਮਗਰ ਉਹ ਜਿਹੜਾ ਦੁੰਬਾ ਹੈ ਉਹ ਹਜ਼ਰਤ ਇਸਮਾਈਲ ਅਲੈਹਿ ਸਲਾਤੁ ਵਸਲਾਮ ਤੋਂ ਅਫਜ਼ਲ ਤੇ ਨਹੀਂ ਉਹ ਹਜ਼ਰਤ ਇਸਮਾਈਲ ਅਲੈਹਿ ਸਲਾਤੁ ਵਸਲਾਮ ਤੋਂ ਅਜ਼ੀਮ ਤੇ ਨਹੀਂ ਫਿਰ ਕੌਣ ਮੁਰਾਦ ਹੈ
ਮੁਫਸਰੀਨ ਫਰਮਾਉਂਦੇ ਨੇ ਕਿ ਉਹ ਜ਼ਿਬਹੇ ਅਜ਼ੀਮ ਤੋਂ ਮੁਰਾਦ ਹੋਰ ਕੋਈ ਨਹੀਂ, ਉਹ ਕਰਬਲਾ ਦਾ ਤਾਜਦਾਰ ਹੈ ਕਿ ਅੱਲਾਹ ਨੇ ਫਰਮਾਇਆ ਉਸ ਕੁਰਬਾਨੀ ਤੋਂ ਆਗਾਜ਼ ਕੀਤਾ, ਇਸ ਕੁਰਬਾਨੀ ਦੇ ਉੱਤੇ ਇਖਤਤਾਮ ਕੀਤਾ ਜਾ ਰਿਹਾ। ਖਾਲਕੇ ਕਾਇਨਾਤ ਨੇ ਫਰਮਾਇਆ ਵਫਦੈਨਾਹੁ ਬਿਜ਼ਬਹਿਨ ਅਜ਼ੀਮ, ਫਰਮਾਇਆ ਅਸੀਂ ਇਸਮਾਈਲ ਦੇ ਬਦਲੇ ਜ਼ਿਬਹ ਅਜ਼ੀਮ ਦਿੱਤਾ। ਉਹ ਕੁਰਬਾਨੀ ਹਜ਼ਰਤ ਇਮਾਮ ਅਲੀ ਮਕਾਮ ਹਜ਼ਰਤ ਇਮਾਮ ਹੁਸੈਨ ਰਜ਼ੀ ਅੱਲਾਹੁ ਤਾਲਾ ਅਨਹੋ, ਕਿ ਜਿਸ ਕੁਰਬਾਨੀ ਦਾ ਆਗਾਜ਼ ਇਬਰਾਹੀਮ ਅਲੈਹਿਸ ਸਲਾਮ ਨੇ ਫਰਮਾਇਆ, ਉਸ ਹੀ ਕੁਰਬਾਨੀ ਦਾ ਇਖਤਤਾਮ ਇਮਾਮ ਅਲੀ ਮਕਾਮ ਨੇ ਕਰਬਲਾ ਦੇ ਮੈਦਾਨ ਦੇ ਉੱਤੇ ਅਦਾ ਕਰ ਦਿੱਤਾ। ਹਾਜ਼ਰੀਨ ਮੁਹਤਸ਼ਮ, ਮੈਂ ਕੁਰਾਨ ਮਜੀਦ ਫੁਰਕਾਨੀ ਹਮੀਦ ਦੀ ਜਿਹੜੀ ਆਇਤ ਮੁਬਾਰਕਾ ਤਿਲਾਵਤ ਕਰਨ ਦਾ ਸ਼ਰਫ ਹਾਸਿਲ ਕੀਤਾ, ਇਹਦਾ ਕਰਬਲਾ ਦੇ ਨਾਲ ਬੜਾ ਗਹਿਰਾ ਤਾਲੁਕ ਹੈ। ਔਰ ਜਿਹੜੀ ਵੀ ਮੈਂ ਇਸ ਮਹੀਨੇ ਦੇ ਅੰਦਰ ਖੁਤਬਾਤ ਦੇ ਅੰਦਰ ਜਿਹੜੀ ਵੀ ਆਇਤ ਮੁਬਾਰਕਾ ਪੜ੍ਹਾਂਗਾ, ਉਹਦੀ ਤਫਸੀਰ ਵੀ ਇਨਸ਼ਾਅੱਲਾ ਇਮਾਮੇ ਅਲੀ ਮਕਾਮ ਕੋਲੋਂ ਕਰਬਲਾ ਦੇ ਮੈਦਾਨ 'ਚ ਕਰਵਾ ਕੇ ਦੇਵਾਂਗਾ। ਕਿਉਂਕਿ ਸਿਰਫ ਇੱਕ ਹੀ ਆਇਤ ਨਹੀਂ ਨਾ ਕੁਰਾਨ ਦੀ, ਜਿਹੜੀ ਵੀ ਆਇਤ ਲੈ ਕੇ ਦੇ ਮੈਦਾਨੇ ਕਰਬਲਾ ਚੱਲੀਏ, ਹਰ ਆਇਤ ਦੀ ਤਫਸੀਰ ਕਰਦਾ ਇਮਾਮੇ ਹੁਸੈਨ ਨਜ਼ਰ ਆ ਰਿਹਾ। ਕਿ ਉਹ ਇਮਾਮੇ ਅਲੀ ਮਕਾਮ ਰਜ਼ੀ ਅੱਲਾਹ ਤਾਲਾ ਅਨਹੋ, ਕਿ ਜਿਹਨਾਂ ਨੂੰ ਬਚਪਨ ਦੇ ਅੰਦਰ ਮਾਂ ਨੇ ਗੋਦੀ 'ਚ ਲੋਰੀਆਂ ਵੀ ਦਿੱਤੀਆਂ ਅਤੇ ਕੁਰਾਨ ਹੀ ਸੁਣਾਇਆ, ਕਿ ਮਾਂ ਨੇ ਪੁੱਤਰ ਨੂੰ ਗੋਦੀ 'ਚ ਲੈ ਕੇ ਆਟਾ ਵੀ ਗੁੰਨਿਆ ਅਤੇ ਕੁਰਾਨ ਪੜ੍ਹਿਆ, ਅਤੇ ਫਿਰ ਕੁਰਾਨ ਜਿਹਨਾਂ ਦੇ ਵਿਹੜੇ ਨਾਜ਼ਲ ਹੋਇਆ ਸੀ, ਕੁਰਾਨ ਦੀਆਂ ਪਾਸਦਾਰੀਆਂ ਅਤੇ ਹਿਫਾਜ਼ਤਾਂ ਵੀ ਤਾਂ ਉਹਨਾਂ ਨੇ ਕਰਨੀਆਂ ਸਨ। ਇਮਾਮੇ ਅਲੀ ਮਕਾਮ ਇਮਾਮੇ ਹੁਸੈਨ ਰਜ਼ੀ ਅੱਲਾਹ ਤਾਲਾ ਅਨਹੋ, ਹਜ਼ਰਤ ਮੁਹਤਸ਼ਮ, ਆਪ ਕਰਬਲਾ ਦੇ ਮੈਦਾਨ ਦੇ ਅੰਦਰ ਹਰ ਆਇਤ ਦੀ ਤਫਸੀਰ ਕਰਦੇ ਨਜ਼ਰ ਆ ਰਹੇ ਨੇ। ਅੱਲਾਹ ਨੇ ਕੁਰਾਨ 'ਚ ਇਰਸ਼ਾਦ ਫਰਮਾਇਆ, ਯਾ ਅਯੂਹੱਲਜ਼ੀਨ ਆਮਨੂ, ਫਰਮਾਇਆ ਇਹ ਈਮਾਨ ਵਾਲੋ। ਉਲਮਾ ਮੁਫਸਰੀਨ ਫਰਮਾਉਂਦੇ ਨੇ ਕਿ ਜਿੱਥੇ ਜਿੱਥੇ ਵੀ ਅੱਲਾਹ ਨੇ ਕੁਰਾਨ 'ਚ ਫਰਮਾਇਆ ਨਾ ਯਾ ਅਯੂਹੱਲਜ਼ੀਨ ਆਮਨੂ, ਸਭ ਤੋਂ ਪਹਿਲੀ ਪੁਕਾਰ ਮੌਲਾ ਅਲੀ ਨੂੰ ਹੈ, ਪਹਿਲੀ ਪੁਕਾਰ ਮੌਲਾ ਅਲੀ ਨੂੰ ਹੈ। ਅੱਲਾਹ ਫਰਮਾਇਆ ਯਾ ਅਯੂਹੱਲਜ਼ੀਨ ਆਮਨੂ, ਇਹ ਈਮਾਨ ਵਾਲੋ, ਯਾ ਅੱਲਾਹ ਹੁਕਮ ਹੋਵੇ, ਫਰਮਾਇਆ ਇਸਤਾਈਨੂ ਬਿਸਬਰੀ ਵਸਲਾ, ਫਰਮਾਇਆ ਕਿ ਅਗਰ ਜ਼ਿੰਦਗੀ ਦੇ ਅੰਦਰ ਔਖਾ ਭਾਰਾ ਵੇਲਾ ਆ ਜਾਏ ਨਾ, ਜੇ ਕਦੇ ਜ਼ਿੰਦਗੀ ਦੇ ਅੰਦਰ ਮਦਦ ਦੀ ਲੋੜ ਪੈ ਜਾਏ, ਤਾਂ ਫਰਮਾਇਆ ਜਾਂ ਫਿਰ ਨਮਾਜ਼ ਕੋਲੋਂ ਮਦਦ ਲਿਆ ਜਾਏ, ਜਾਂ ਫਿਰ ਸਬਰ ਕੋਲੋਂ ਮਦਦ ਲੈ ਲਿਆ ਜਾਏ। ਅਤੇ ਨਾਲ ਹੀ ਅੱਲਾਹ ਨੇ ਵੰਡ ਕਰ ਦਿੱਤੀ, ਫਰਮਾਇਆ ਇਨ ਅੱਲਾਹ ਮਾ ਸਾਬਿਰੀਨ, ਬੇਸ਼ੱਕ ਅੱਲਾਹ ਸਬਰ ਕਰਨ ਵਾਲਿਆਂ ਦੇ ਨਾਲ। ਹਾਜ਼ਰੀਨ ਮੁਹਤਸ਼ਮ, ਦੋ ਹੀ ਰਸਤੇ ਅੱਲਾਹ ਨੇ ਇਮਾਨ ਵਾਲੇ ਨੂੰ ਅਤਾ ਫਰਮਾਏ। ਇੱਕ ਰਸਤਾ ਫਰਮਾਇਆ ਕਿ ਨਮਾਜ਼ ਦਾ ਔਖਾ ਵੇਲਾ ਆਵੇ ਜ਼ਿੰਦਗੀ ਦੇ ਅੰਦਰ, ਕੋਈ ਵੀ ਮੁਸੀਬਤ, ਕੋਈ ਵੀ ਅੱਲਾਹ ਨਾ ਕਰੇ ਨਾ ਕਹਾਣੀ ਆ ਜਾਏ, ਅਤੇ ਫਰਮਾਇਆ ਜਾਂ ਨਮਾਜ਼ ਕੋਲੋਂ ਮਦਦ ਲਿਆ ਜੇ, ਅਤੇ ਫਰਮਾਇਆ ਜਾਂ ਸਬਰ ਕੋਲੋਂ ਮਦਦ ਲਿਆ ਜੇ। ਇਹ ਦੋ ਰਸਤੇ ਅੱਲਾਹ ਨੇ ਇਮਾਨ ਵਾਲੇ ਨੂੰ ਅਤਾ ਫਰਮਾ ਦਿੱਤੇ। ਹਾਜ਼ਰੀਨ ਮੁਹਤਸ਼ਮ, ਅੱਲਾਹ ਨੇ ਕੁਰਾਨ 'ਚ ਫਰਮਾਇਆ ਕਿ ਵਾ ਇਨ ਤਉਦੂ ਨਿਅਮਤ ਅੱਲਾਹਿ ਲਾ ਤੁਹਸੂਹਾ, ਫਰਮਾਇਆ ਤੁਸੀਂ ਅਗਰ ਮੇਰੀਆਂ ਨਿਮਤਾਂ ਦਾ ਸ਼ੁਮਾਰ ਕਰਨਾ ਚਾਹੋ ਤਾਂ ਗਿਣ ਨਹੀਂ ਸਕਦੇ, ਇਤਨੀਆਂ ਅੱਲਾਹ ਨੇ ਨਿਮਤਾਂ ਅਤਾ ਫਰਮਾਈਆਂ ਹੈ। ਅਰਜ਼ ਕੀਤੀ ਇਲਾਹੁਲ ਆਲਮੀਨ, ਨਿਮਤ ਅਤਾ ਕੀਤੀ ਹੈ, ਅਤੇ ਅੱਲਾਹ ਨੇ ਫਰਮਾਇਆ ਫਿਰ ਸ਼ੁਕਰ ਅਦਾ ਕਰੋ ਜੇ ਨਿਮਤ ਅਦਾ ਕੀਤੀ ਹੈ, ਅਤੇ ਯਾ ਅੱਲਾਹ ਸ਼ੁਕਰ ਅਦਾ ਕਰੀਏ, ਫਰਮਾਇਆ ਲਾ ਇਨ ਸ਼ਕਰਤੁਮ ਲਾ ਅਜ਼ੀਦੰਨਕੁਮ, ਤੁਸੀਂ ਸ਼ੁਕਰ ਅਦਾ ਕਰੋ ਮੈਂ ਹੋਰ ਨਿਮਤਾਂ ਅਦਾ ਕਰ ਦੇਵਾਂਗਾ, ਹੋਰ ਨਿਮਤਾਂ ਮੈਂ ਵਧਾ ਕੇ ਅਦਾ ਕਰਾਂਗਾ। ਹਾਜ਼ਰੀਨ ਮੁਹਤਸ਼ਮ, ਫਰਮਾਇਆ ਕਿ ਸ਼ੁਕਰ ਕਰ, ਅੱਲਾਹ ਨਿਮਤ ਦੇਵੇਗਾ, ਅੱਲਾਹ ਹੋਰ ਨਿਮਤ ਅਦਾ ਕਰੇਗਾ, ਅਤੇ ਜੇ ਬੰਦਾ ਸਬਰ ਕਰ ਜਾਵੇ ਫਿਰ ਨਿਮਤਾਂ ਵਾਲਾ ਆਪ ਮਿਲ ਜਾਂਦਾ ਹੈ, ਕਿਉਂਕਿ ਅੱਲਾਹ ਆਪ ਫਰਮਾਇਆ ਇਨ ਅੱਲਾਹ ਮਾ ਸਾਬਿਰੀਨ, ਪਰ ਮੈਂ ਬੇਸ਼ੱਕ ਅੱਲਾਹ ਸਬਰ ਕਰਨ ਵਾਲਿਆਂ ਦੇ ਨਾਲ ਹੈ। ਉਂਝ ਮੈਂ ਸੂਫੀਆ ਦਾ ਮਸਲਕ ਬਿਆਨ ਕਰਾਂ ਨਾ, ਅੱਲਾਹ ਫਰਮਾਇਆ ਨਾ ਕਿ ਇਨ ਅੱਲਾਹ ਮਾ ਸਾਬਿਰੀਨ, ਅੱਲਾਹ ਸਬਰ ਵਾਲਿਆਂ ਦੇ ਨਾਲ ਹੈ। ਹਜ਼ੂਰ ਅਲੈਹਿ ਸਲਾਤੁ ਵਸਲਾਮ ਨੇ ਅੱਲਾਹ ਦੀ ਬਾਰਗਾਹ 'ਚ ਦੁਆ ਕੀਤੀ ਸੀ, ਯਾ ਅੱਲਾਹ ਮੈਂ ਦੁਨੀਆਂ 'ਤੇ ਰਵਾਂ ਅਤੇ ਮਿਸਕੀਨਾਂ ਅਤੇ ਗਰੀਬਾਂ ਦੇ ਵਿੱਚ ਹੀ ਰਵਾਂ, ਯਾ ਅੱਲਾਹ ਮੈਨੂੰ ਮੌਤ ਆਵੇ ਅਤੇ ਗਰੀਬਾਂ ਦੇ ਵਿੱਚ ਹੀ ਆਵੇ, ਯਾ ਅੱਲਾਹ ਮੈਨੂੰ ਕਿਆਮਤ ਵਾਲ ਦਿਨ, ਜਦੋਂ ਕਿਆਮਤ ਦਾ ਦਿਨ ਆਵੇ ਨਾ, ਹਿਸਾਬ ਦਾ ਦਿਨ ਆਵੇ, ਅਤੇ ਮੈਂ ਗਰੀਬਾਂ ਦੇ ਵਿੱਚੋਂ ਹੀ ਉੱਠਾਂ। ਸੂਫੀਆ ਦਾ ਮਸਲਕ ਬਿਆਨ ਕਰਾਂ, ਅੱਲਾਹ ਸਬਰ ਵਾਲਿਆਂ ਦੇ ਨਾਲ ਹੈ, ਕਮਲੀ ਵਾਲਾ ਗਰੀਬਾਂ ਦੇ ਨਾਲ ਹੈ।
ਉਂਝ ਤੇ ਅੱਲਾ ਵੀ ਗਰੀਬਾਂ ਦੇ ਨਾਲ ਹੈ, ਮਗਰ ਸੁਫੀਆ ਦੀ ਜ਼ਬਾਨ ਵਿੱਚ ਅਰਜ਼ ਕਰ ਰਹੇ ਹਾਂ ਕਿ ਅੱਲਾ ਫਰਮਾਏ ਸਬਰ ਕਰਨ ਵਾਲਿਆਂ ਦੇ ਨਾਲ ਹਾਂ ਅਤੇ ਕਮਲੀ ਵਾਲਾ ਗਰੀਬਾਂ ਦੇ ਨਾਲ ਹੈ, ਇਨਸ਼ਾਅੱਲਾ ਬੇੜਾ ਸਾਰਿਆਂ ਦਾ ਪਾਰ ਹੋ ਜਾਵੇਗਾ। ਅੱਲਾ ਨੇ ਫਰਮਾਇਆ ਯਾ ਅਯੂਹਾ ਲਜ਼ੀਨਾ ਆਮਨੂ, ਐ ਈਮਾਨ ਵਾਲੋ, ਜਦੋਂ ਵੀ ਮਦਦ ਦੀ ਲੋੜ ਪੈ ਜਾਏ ਜਾਂ ਨਮਾਜ਼ ਕੋਲੋਂ ਮਦਦ ਲਿਆ ਜੇ ਜਾਂ ਸਬਰ ਕੋਲੋਂ ਮਦਦ ਲਿਆ ਜੇ, ਚਲੀਏ ਇਸ ਆਇਤੇ ਪਾਕ ਨੂੰ ਲੈ ਕੇ ਕਰਬਲਾ ਦੇ ਮੈਦਾਨ ਦੇ ਅੰਦਰ, ਜੇ ਸਾਰੇ ਤੁਸੀਂ ਬੋਲੋ ਸੁਭਾਨ ਅੱਲਾ, ਹੱਥ ਚੁੱਕ ਕੇ ਬੋਲੋ ਸੁਭਾਨ ਅੱਲਾ। ਇਸ ਆਇਤੇ ਮੁਬਾਰਕਾਂ ਨੂੰ ਲੈ ਕੇ ਅਤੇ ਕਰਬਲਾ ਦੇ ਮੈਦਾਨ ਦੇ ਅੰਦਰ ਚਲੀਏ। ਇਮਾਮ ਅਲੀ ਮਕਾਮ ਇਮਾਮ ਹੁਸੈਨ ਰਜ਼ੀ ਅੱਲਾਹ ਤਾਲਾ ਅਨਹੋ ਇਸ ਆਇਤੇ ਮੁਬਾਰਕਾਂ ਦੀ ਤਫਸੀਰ ਕਰਦੇ ਨਜ਼ਰ ਆ ਰਹੇ ਨੇ। تو اللہ کریم نے ارشاد فرمائی ہے ایھا الذین آمنوا استعینوا بالصبر والصلاة ان اللہ مع الصابرین۔ پروردگار نے فرمایا ایمان والو مدد دی لوڑ پے جائے، اللہ نے فرمایا نماز کولو مدد لے لیا جے، اللہ نے فرمایا تے صبر کولو مدد لے لیا جے۔ نوجوانو آو کربلا دے میدان دے چلیے، ادھر بھی ایک لشکر موجود ہے، ادھر بھی ایک لشکر موجود ہے، ادھر والے بھی کہندے نے اسی کلمہ نبی دا پڑھنے عام، ادھر یزیدیاں دا لشکر ہے، ਇੱਧਰ ਹੁਸੈਨ ਅਲੀ ਮਕਾਮ ਦਾ ਲਸ਼ਕਰ ਹੈ, ਇੱਧਰ ਵਾਲੇ ਵੀ ਕਲਮਾ ਨਬੀ ਦਾ ਪੜ੍ਹਨ ਵਾਲੇ ਨੇ, ਇੱਧਰ ਵਾਲੇ ਵੀ ਕਲਮਾ ਨਬੀ ਦਾ ਪੜ੍ਹਦੇ ਨੇ। ਨੌਜਵਾਨੋ ਇੱਧਰ ਵਾਲੇ ਯਜ਼ੀਦੀ ਸਮਝਦੇ ਨੇ ਅਸੀਂ ਇਮਾਨ ਵਾਲੇ ਹਾਂ, ਪਰ ਇਮਾਮੇ ਅਲੀ ਮਕਾਮ ਤੇ ਹੈ ਇਮਾਨ ਵਾਲੇ। ਨੌਜਵਾਨੋ ਅੱਲਾ ਨੇ ਫਰਮਾਇਆ ਮਦਦ ਦੀ ਲੋੜ ਪੈ ਜਾਏ ਜਾਂ ਨਿਮਾਦ ਕੋਲੋਂ ਮਦਦ ਲੈ ਲਿਆ ਜੇ, ਜਾਂ ਫਰਮਾਇਆ ਸਬਰ ਕੋਲੋਂ ਮਦਦ ਲੈ ਲਿਆ ਜੇ। ਹੋ ਸਕਦਾ ਯਜ਼ੀਦ ਨੂੰ ਖਿਆਲ ਆਇਆ ਹੋਵੇ, ਅੱਲਾ ਨੇ ਫਰਮਾਇਆ ਨਮਾਜ਼ ਪੜ੍ਹੋ ਸਬਰ ਕਰੋ, ਅੱਲਾ ਹੋ ਸਕਦਾ ਨਮਾਜ਼ੀਆਂ ਦੇ ਨਾਲ ਨਮਾਜ਼ ਵੀ ਪੜ੍ਹੀ ਜਾਂਦੇ ਨਾਲੇ ਜ਼ੁਲਮ ਵੀ ਕਰੀ ਜਾਂਦੇ ਆਮ। ਨੌਜਵਾਨੋ ਸ਼ਿਮਰ ਨਮਾਜ਼ ਵੀ ਪੜ੍ਹੀ ਜਾਂਦਾ ਨਾਲੇ ਜ਼ੁਲਮ ਵੀ ਕਰੀ ਜਾ ਰਹੇ ਹਾਂ, ਯਜ਼ੀਦ ਨਾਲੇ ਨਮਾਜ਼ਾਂ ਪੜ੍ਹਦਾ ਨਾਲੇ ਕਲਮਾ ਪੜ੍ਹਦੇ ਨਾਲੇ ਜ਼ੁਲਮ ਵੀ ਕਰੀ ਜਾ ਰਹੀ ਹੈ। ਪਰ ਅੱਲਾ ਨੇ ਇੱਥੇ ਹੀ ਗੱਲ ਨਹੀਂ ਮੁਕਾਈ, ਅੱਲਾ ਨੇ ਨਮਾਜ਼ ਦੇ ਉੱਤੇ ਇਕਤਫਾ ਨਹੀਂ ਕੀਤਾ, ਅੱਲਾ ਨੇ ਫਰਮਾਇਆ ਮਦਦ ਦੀ ਲੋੜ ਪੈ ਜਾਈ ਜਾਂ ਨਮਾਜ਼ ਕੋਲੋਂ ਮਦਦ ਲਿਆ ਜੇ, ਫਰਮਾਇਆ ਤੁਸੀਂ ਸਬਰ ਕੋਲੋਂ ਮਦਦ ਲੈ ਲਿਆ ਜੇ। ਜਦੋਂ ਦੋਵਾਂ ਦੇ ਦਰਮਿਆਨ ਵੰਡ ਕਰ ਦਿੱਤੀ, ਅੱਲਾ ਨੇ ਇਹ ਨਹੀਂ ਫਰਮਾਇਆ ਰੱਬ ਨਮਾਜ਼ੀਆਂ ਦੇ ਨਾਲ ਹੈ, ਅੱਲਾ ਨੇ ਫਰਮਾਇਆ ਇਨਨਾ ਅੱਲਾਹ ਮਅ ਸਾਬਿਰੀਨ, ਅੱਲਾ ਨੇ ਫਰਮਾਇਆ ਬੇਸ਼ੱਕ ਅੱਲਾ ਸਬਰ ਕਰਨ ਵਾਲਿਆਂ ਦੇ ਨਾਲ ਹੈ। ਅੱਲਾ ਨੇ ਇਮਾਮੇ ਅਲੀ ਮਕਾਮ ਨੂੰ ਦੱਸ ਦਿੱਤਾ, ਅੱਲਾ ਇਹਨਾਂ ਯਜ਼ੀਦੀਆਂ ਝੂਠੀਆਂ ਨਮਾਜ਼ੀਆਂ ਦੇ ਨਾਲ ਕੋਈ ਨਹੀਂ, ਅੱਲਾ ਨੇ ਇਨਨਾ ਅੱਲਾਹ ਮਅ ਸਾਬਿਰੀਨ ਕਹਿ ਕੇ ਦੱਸ ਦਿੱਤਾ। ਅੱਲਾ ਕੱਲ ਵੀ ਹੁਸੈਨ ਦੇ ਨਾਲ ਸੀ, ਅੱਜ ਵੀ ਹੁਸੈਨ ਦੇ ਨਾਲ ਹੈ। ਕਿ ਬੇਸ਼ੱਕ ਅੱਲਾ ਨੇ ਫਰਮਾਇਆ ਕਿ ਮਦਦ ਦੀ ਲੋੜ ਪਵੇ ਤੇ ਜਾਂ ਨਮਾਜ਼ ਕੋਲੋਂ ਮਦਦ ਲੈਣੀ ਹੈ ਤੇ ਜਾਂ ਸਬਰ ਕੋਲੋਂ ਮਦਦ ਲੈਣੀ ਹੈ, ਲੇਕਿਨ ਜਦੋਂ ਅੱਲਾ ਨੇ ਦੋਵਾਂ ਦੀ ਵੰਡ ਕੀਤੀ ਤੇ ਇਹ ਨਹੀਂ ਫਰਮਾਇਆ ਕਿ ਰੱਬ ਨਮਾਜ਼ੀਆਂ ਦੇ ਨਾਲ ਹੈ। ਅੱਲਾ ਫਰਮਾਇਆ ਇਨ ਅੱਲਾਹ ਮਅ ਸਾਬਿਰੀਨ, ਅੱਲਾ ਫਰਮਾਇਆ ਅੱਲਾ ਸਬਰ ਕਰਨ ਵਾਲਿਆਂ ਦੇ ਨਾਲ ਹੈ, ਅੱਲਾ ਸਾਬਿਰੀਨ ਦੇ ਨਾਲ ਹੈ, ਉਹਨਾਂ ਦੇ ਸਬਰ ਤੋਂ ਮੈਂ ਸਦਕੇ ਜਾਵਾਂ। ਕਿ ਇਮਾਮੇ ਅਲੀ ਮਕਾਮ ਇਮਾਮੇ ਹੁਸੈਨ ਰਜ਼ੀ ਅੱਲਾਹ ਤਾਲਾ ਅਨਹੋ ਉਹਨਾਂ ਕਿਉਂ ਸਬਰ ਕੀਤਾ, ਹਾਲਾਂਕਿ ਸ਼ੇਰੇ ਖੁਦਾ ਦੇ ਪੁੱਤਰ ਸਨ, ਅਗਰ ਚਾਹੁੰਦੇ ਤੇ ਇੱਕੋ ਹੀ ਵਾਰ ਕਰਦੇ ਸਾਰੇ ਯਜ਼ੀਦੀਆਂ ਨੂੰ ਮੁਕਾ ਕੇ ਰੱਖ ਦਿੰਦੇ। ਉਹਨਾਂ ਕਿਉਂ ਸਬਰ ਕੀਤਾ, ਕਿਉਂਕਿ ਉਹਨਾਂ ਨੂੰ ਪਤਾ ਸੀ ਨਾ ਮਾਂ ਨੇ ਬਚਪਨ ਦੇ ਅੰਦਰ ਲੋਰੀਆਂ ਕੁਰਾਨ ਦੀਆਂ ਦਿੱਤੀਆਂ ਸਨ, ਇਨ ਅੱਲਾਹ ਮਅ ਸਾਬਿਰੀਨ, ਅੱਲਾ ਸਬਰ ਵਾਲਿਆਂ ਦੇ ਨਾਲ। ਮਾਂ ਨੇ
ਬਚਪਨ ਦੇ ਅੰਦਰ ਹੀ ਸਿਖਾ ਦਿੱਤਾ ਸੀ ਕਿ ਪੁੱਤਰਾ ਅੱਲਾ ਸਬਰ ਵਾਲਿਆਂ ਦੇ ਨਾਲ ਏ, ਸਬਰ ਵਾਲਿਆਂ ਦੇ ਨਾਲ ਏ, ਤੇ ਨੌਜਵਾਨੋ ਇਸ ਸਦਾਇ ਤੇ ਬਰਕਤ ਕਰਬਲੇ ਲਾਹਾਂ ਦੇ ਮੈਦਾਨ ਦੇ ਅੰਦਰ ਜਾ ਕੇ ਜ਼ਰਾ ਜਾਇਜ਼ਾ ਲੈ ਕੇ ਆਈਏ। ਇੱਧਰ ਵੀ ਇੱਕ ਲਸ਼ਕਰ ਏ, ਇੱਧਰ ਵੀ ਇੱਕ ਲਸ਼ਕਰ ਏ, ਇੱਧਰ ਯਜ਼ੀਦੀਆਂ ਦਾ ਲਸ਼ਕਰ ਏ, ਇੱਧਰ ਇਮਾਮ ਅਲੀ ਮਕਾਮ ਇਮਾਮ ਹੁਸੈਨ ਦਾ ਲਸ਼ਕਰ ਏ, ਇੱਧਰ ਯਜ਼ੀਦੀ ਨਾਲੇ ਜ਼ੁਲਮ ਕਰੀ ਜਾ ਰਹੇ ਨੇ, ਉਹਨਾਂ ਜ਼ੁਲਮ ਕਮਾਲ ਇਹਨਾਂ ਨੇ ਪਾਣੀ ਬੰਦ ਕਰ ਦਿੱਤਾ, ਇੱਧਰ ਇਮਾਮ ਅਲੀ ਮਕਾਮ ਨਾਲੇ ਸਬਰ ਕਰੀ ਜਾ ਰਹੇ ਨੇ, ਨਾਲੇ ਰੱਬ ਦੀ ਰਜ਼ਾ ਕਮਾਈ ਜਾ ਰਹੇ ਨੇ। ਪਰ ਨੌਜਵਾਨ ਗੁਜਰਾਂ ਵਾਲਾ ਦੇ ਰਹਿਣ ਵਾਲੇ ਓ, ਹੈਰਾਨਗੀ ਵਾਲੀ ਗੱਲ ਏ ਵੇ, ਜਿਹੜੇ ਤੇ ਪਾਣੀ ਪੀਂਦੇ ਰਹੇ ਨੇ ਉਹ ਤੇ ਮਰ ਗਏ ਨੇ, ਤੇ ਜਿਹੜੇ ਪਿਆਸੇ ਰਹੇ ਨੇ ਅੱਜ ਵੀ ਜ਼ਿੰਦਾ ਨੇ। ਉਹ ਪਾਣੀ ਪੀਣ ਦੇ ਬਾਵਜੂਦ ਵੀ ਮਰ ਗਏ ਯਜ਼ੀਦੀ, ਉਹਨਾਂ ਦਾ ਨਾਮ ਖਤਮ ਹੋ ਗਿਆ, ਉਹਨਾਂ ਦੀ ਨਸਲ ਮੁੱਕ ਗਈ। ਹਾਜ਼ਰ ਮੁਤਸ਼ਮ, ਤੇ ਜਿਹੜੇ ਪਿਆਸੇ ਰਹੇ ਨੇ, ਅੱਲਾ ਫਰਮਾਇਆ ਕਿ ਅਲੀ ਅਸਗਰ ਬਸ ਤਿੰਨ ਦਿਨ ਮੇਰੀ ਰਜ਼ਾ ਦੀ ਖਾਤਿਰ ਸਿਰਫ ਪਿਆਸ ਬਰਦਾਸ਼ਤ ਕਰ ਲੈ, ਕਿਆਮਤ ਤੱਕ ਤੇਰੇ ਨਾਂ ਦੀਆਂ ਸਬੀਲਾਂ ਨਾ ਲਗਾ ਦੇਵਾਂ, ਮੈਨੂੰ ਰੱਬ ਕੌਣ ਆਖੇਗਾ। ਫਰਮਾਇਆ ਅਲੀ ਅਕਬਰ ਸਿਰਫ ਤਿੰਨ ਦਿਨ ਇਹ ਭੁੱਖ ਤੇ ਪਿਆਸ ਨੂੰ ਬਰਦਾਸ਼ਤ ਕਰ ਲਓ, ਕਿਆਮਤ ਤੱਕ ਤੁਹਾਡੇ ਨਾਂ ਦੇ ਲੰਗਰ ਖਾਨੇ ਚੱਲਦੇ ਰਹਿਣਗੇ। ਅੱਲਾ ਨੇ ਫਿਰ ਐਸੇ ਇੰਤਜ਼ਾਮ ਕੀਤੇ, ਕਿਆਮਤ ਤੱਕ ਇਹ ਸਿਲਸਿਲਾ ਚੱਲਦਾ ਹੀ ਰਹੇਗਾ, ਉਹਨਾਂ ਦੇ ਨਾਂ ਦੇ ਲੰਗਰ ਤੇ ਉਹਨਾਂ ਦੇ ਨਾਂ ਦੇ ਇਹ ਪਾਣੀ ਸਬੀਲਾਂ ਚੱਲਦੀਆਂ ਹੀ ਰਹਿਣਗੀਆਂ। ਹਾਲਾਂਕਿ ਉਹ ਚਾਹੁੰਦੇ ਤੇ, ਉਲਮਾ ਫਰਮਾਉਂਦੇ ਨੇ ਕਿ ਹਜ਼ਰਤ ਇਸਮਾਈਲ ਅਲੈਹਿਸ ਸਲਾਮ ਆਪ ਨੇ ਬਚਪਨ ਦੇ ਅੰਦਰ ਆਪਣੀ ਏੜੀ ਰਗੜੀ ਸੀ ਤੇ ਪਾਣੀ ਦਾ ਚਸ਼ਮਾ ਆਪੇ ਜ਼ਮਜ਼ਮ ਜਾਰੀ ਹੋ ਗਿਆ, ਜਿਹੜਾ ਕਿਆਮਤ ਤੱਕ ਨਹੀਂ ਖਤਮ ਹੋਣਾ, ਜਿਹੜਾ ਕਿਆਮਤ ਤੱਕ ਜਾਰੀ ਉਹ ਸਾਰੀ ਰਵੇਗਾ। ਤੇ ਇਮਾਮੇ ਹੁਸੈਨ ਤੇ ਇੱਕ ਪਾਸੇ ਰਹਿ ਗਏ ਛੋਟਾ ਅਲੀ ਅਸਗਰ, ਕਿਆ ਉਹ ਅੱਡੀ ਰਗੜ ਦਿੰਦੇ ਤੇ ਪਾਣੀ ਨਹੀਂ ਸੀ ਆਉਣਾ? ਇਹ ਸਿਰਫ ਉਹਨਾਂ ਨੂੰ ਪਤਾ ਸੀ ਕਿ ਇਨ ਅੱਲਾਹ ਮਾ ਸਾਬਿਰੀਨ, ਇਹ ਉਹਨਾਂ ਦਾ ਇਮਤਿਹਾਨ ਸੀ ਅੱਲਾਹ ਦੀ ਤਰਫੋਂ ਕਿ ਜਿਨ੍ਹਾਂ ਦੇ ਵਿੱਚੋਂ ਅੱਲਾਹ ਨੇ ਉਹਨਾਂ ਨੂੰ ਕਾਮਯਾਬ ਕਰਨਾ ਸੀ। ਉਹਨਾਂ ਨੇ ਬਚਪਨ 'ਚ ਹੀ ਇਹ ਸਿੱਖਿਆ ਸੀ ਕਿ ਇਨ ਅੱਲਾਹ ਮਾ ਸਾਬਿਰੀਨ, ਸਬਰ ਦਾ ਦਾਮਨ ਨਹੀਂ ਛੱਡਣਾ, ਨਹੀਂ ਛੱਡਣਾ। ਇਸੇ ਵਾਸਤੇ ਆਸ਼ੀ ਬੋਲ ਕੇ ਕਹਿੰਦਾ ਸਦਕੇ ਸਬਰ, ਸਦਕੇ ਸਬਰ ਤੇਰੇ ਦੇ ਜਾ ਸਵਾਰਾ, ਇਹ ਜਾਨ ਦਿੱਤੀ ਪਰ ਆਨ ਨਾ ਦਿੱਤੀ, ਇਹ ਹੈ ਦਰਦੇ ਦਿਲਦਾਰਾ। ਉਹਨਾਂ ਕੁਰਬਾਨ ਕਰ ਦਿੱਤੀ ਆਪਣੀ ਜਾਨ ਅੱਲਾ ਦੀ ਰਾਹ ਦੇ ਵਿੱਚ, ਦੀਨ ਦੀ ਖਾਤਰ ਕੁਰਬਾਨ ਹੋ ਗਏ, ਪਰ ਆਨ ਨਹੀਂ, ਇੱਜ਼ਤ ਨਹੀਂ ਜਾਣ ਦਿੱਤੀ, ਇੱਜ਼ਤ ਨਹੀਂ ਜਾਣ ਦਿੱਤੀ। ਉਹਨਾਂ ਕਿਹਾ ਸਿਰ ਜਾਂਦਾ ਇੱਥੇ ਪਿਆ ਜਾਵੇ, ਪਰ ਦੀਨ ਦੀ ਖਾਤਰ ਸਾਰਾ ਕੁਝ ਕਬੂਲ ਹੈ। ਹਾਜ਼ਰੀਨ ਮੁਤਸ਼ਮ, ਤੁਹਾਨੂੰ ਪਤਾ 59 ਹਿਜਰੀ ਦੇ ਅੰਦਰ ਹਜ਼ਰਤ ਅਮੀਰ ਮੁਆਵਿਆ ਰਜ਼ੀ ਅੱਲਾਹ ਤਾਲਾ ਅਨਹੋ ਆਪ ਦਾ ਜ਼ਾਹਰੀ ਹਯਾਤ ਤੋਂ ਪੜਦਾ ਫਰਮਾਇਆ, ਦੁਨੀਆਂ ਤੋਂ ਵਿਸਾਲ ਫਰਮਾਇਆ, ਅਤੇ ਆਪ ਦੇ ਜਾਣ ਤੋਂ ਫੌਰਨ ਬਾਅਦ ਜ਼ਾਲਮ ਤਰੀਨ ਇਨਸਾਨ ਜਿਹਦਾ ਨਾਂ ਯਜ਼ੀਦ ਏ, ਇਹ ਤਖ਼ਤ ਨਸ਼ੀਨ ਹੋਇਆ। ਇਹ ਤਖ਼ਤ ਨਸ਼ੀਨ ਹੁੰਦੇ ਹੀ ਉਲਮਾ ਫਰਮਾਉਂਦੇ ਨੇ ਸਭ ਤੋਂ ਪਹਿਲੇ ਜਿਹੜਾ ਇਹਨੇ ਕੰਮ ਕੀਤਾ, ਸਭ ਤੋਂ ਪਹਿਲੇ ਇਹਨੇ ਮਦੀਨਾ ਤੈਯਬਾ ਦੇ ਜਿਹੜੇ ਗਵਰਨਰ ਸਨ, ਜਿਹਨਾਂ ਦਾ ਨਾਮ ਸੀ ਹਜ਼ਰਤ ਵਲੀਦ ਬਿਨ ਉਕਬਾ ਰਜ਼ੀ ਅੱਲਾਹ ਤਾਲਾ ਅਨਹੋ, ਉਹਨਾਂ ਨੂੰ ਖੱਤ ਲਿਖਿਆ, ਅਤੇ ਖੱਤ ਦੇ ਵਿੱਚ ਇਹਨੇ ਲਿਖਿਆ ਯਜ਼ੀਦ ਨੇ ਕਿ ਬਈ ਇਹ ਤਿੰਨ ਬੰਦੇ ਐਸੇ ਨੇ ਜਿਨ੍ਹਾਂ ਤੋਂ ਮੈਨੂੰ ਜ਼ਿਆਦਾ ਖਤਰਾ ਹੈ, ਕਿ ਬਾਕੀ ਤਾਂ ਹੋ ਸਕਦਾ ਮੰਨ ਜਾਣ, ਇਹਨਾਂ ਕੋਈ ਨਹੀਂ ਮੰਨਣਾ।
ਇੱਕ ਹਜ਼ਰਤ ਇਮਾਮ ਹੁਸੈਨ ਰਜ਼ੀ ਅੱਲਾਹ ਤਾਲਾ ਅਨਹੋ, ਇੱਕ ਹਜ਼ਰਤ ਅਬਦੁੱਲਾ ਬਿਨ ਜ਼ਬੈਰ ਰਜ਼ੀ ਅੱਲਾਹ ਤਾਲਾ ਅਨਹੋ, ਇੱਕ ਹਜ਼ਰਤ ਅਬਦੁੱਲਾ ਬਿਨ ਉਮਰ ਰਜ਼ੀ ਅੱਲਾਹ ਤਾਲਾ ਅਨਹੋ। ਕਹਿਣ ਲੱਗਾ ਕਿ ਇਹ ਤਿੰਨ ਇਹਨਾਂ ਦੇ ਕੋਲੋਂ ਨਾ ਪਹਿਲੇ ਮੇਰੀ ਬੈਤ ਲੈ, ਸਭ ਤੋਂ ਪਹਿਲੇ ਇਹਨਾਂ ਕੋਲੋਂ ਮੇਰੀ ਬੈਤ ਲੈ ਕੇ ਮੈਨੂੰ ਖਲੀਫਾਤੁਲ ਮੁਸਲਿਮੀਨ ਮੰਨਣ, ਇਹ ਮੈਨੂੰ ਖਲੀਫਾ ਮੰਨ ਲੈਣ। ਅਗਰ ਇਹ ਮੰਨਦੇ ਨੇ ਤਾਂ ਠੀਕ, ਨਹੀਂ ਤਾਂ ਇਹਨਾਂ ਦਾ ਸਿਰ ਉਤਾਰ ਕੇ ਨਾ ਤਾਂ ਮੈਨੂੰ ਕੂਫੇ ਵੇਚ ਦਿਆ। ਮਗਰ ਉਲਮਾ ਫਰਮਾਉਂਦੇ ਨੇ ਕਿ ਹੋਰ ਹਜ਼ਰਤ ਅਬਦੁਰਰਹਿਮਾਨ ਬਿਨ ਅਬੂ ਬਕਰ ਦੀ ਅੱਲਾਹ ਤਾਲਾ ਅਨਹੁਮਾ, ਉਹਨਾਂ ਦੇ ਮੁਤਲਕ ਵੀ ਹੈ। ਇਹਨੇ ਕਿਹਾ ਜੇ ਮੰਨਦੇ ਨੇ ਮੇਰੀ ਬੈਤ ਕਰਦੇ ਨੇ ਠੀਕ, ਨਹੀਂ ਕਰਦੇ ਤਾਂ ਇਹਨਾਂ ਦਾ ਸਿਰ ਉਤਾਰ ਕੇ ਮੈਨੂੰ ਕੂਫੇ ਭੇਜ ਦੇ। ਪਰ ਵਲੀਦ ਬਿਨ ਉਕਬਾ ਜਿਹੜੇ ਸਨ, ਇਹ ਪੱਕੇ ਅਤੇ ਸੱਚੇ ਅਹਿਲੇ ਬੈਤ ਦੇ ਨੌਕਰ ਸਨ। ਇਹਨਾਂ ਨੂੰ ਖਤ ਮਿਲਿਆ, ਇਹਨਾਂ ਪੈਗਾਮ ਭੇਜਿਆ ਇਮਾਮੇ ਅਲੀ ਮਕਾਮ ਨੂੰ, ਇਮਾਮੇ ਹੁਸੈਨ ਰਜ਼ੀ ਅੱਲਾਹ ਤਾਲਾ ਅਨਹੋ ਨੂੰ, ਕਿ ਇਹ ਮੈਨੂੰ ਇਹ ਪੈਗਾਮ ਬਾਰ ਬਾਰ ਦਿੱਤਾ ਜਾ ਰਿਹਾ, ਬਾਰ ਬਾਰ ਮੈਨੂੰ ਖਤ ਮਿਲ ਰਿਹਾ, ਅਤੇ ਦੱਸੋ ਹਜ਼ੂਰ ਜਿਵੇਂ ਤੁਹਾਡਾ ਹੁਕਮ ਹੋਵੇਗਾ ਉਵੇਂ ਕੀਤਾ ਜਾਵੇਗਾ। ਮੇਰੇ ਇਮਾਮੇ ਅਲੀ ਮਕਾਮ ਰਜ਼ੀ ਅੱਲਾਹ ਤਾਲਾ ਅਨਹੋ ਟੁਰੇ ਟੁਰੇ ਅਤੇ ਆਪ ਵਲੀਦ ਬਿਨ ਉਕਬਾ ਮਦੀਨਾ ਤੈਯਬਾ ਦੇ ਗਵਰਨਰ ਦੇ ਕੋਲ ਆਏ। ਆਪ ਨੇ ਬਾਹਰ ਸਕਿਉਰਟੀ ਖੜੀ ਕਰ ਦਿੱਤੀ, ਫਰਮਾਇਆ ਜੇ ਕੋਈ ਹਾਲਾਤ ਵੇਖੋ ਨਾ ਤਾਂ ਬਾਹਰੋਂ ਫਿਰ ਹਮਲਾ ਕਰਦੇ ਆ ਜਾਓ, ਕਿਉਂਕਿ ਹਾਲਾਤ ਬਦਲ ਲੱਗਿਆ ਟਾਈਮ ਨਹੀਂ ਲੱਗੇਗਾ। ਹੁਣ ਆਪ ਜਦੋਂ ਵਲੀਦ ਬਿਨ ਉਕਬਾ ਦੇ ਕੋਲ ਗਏ ਨਾ, ਤਾਂ ਉਹਦੇ ਨਾਲ ਹੀ ਇੱਕ ਯਜ਼ੀਦ ਦਾ ਯਾਰ ਵੀ ਬੈਠਾ ਸੀ। ਜਦੋਂ ਜਾ ਕੇ ਉਹਨਾਂ ਨੇ ਖਤ ਆਪ ਦੀ ਬਾਰਗਾਹ 'ਚ ਪੇਸ਼ ਕੀਤੇ ਨਾ, ਕਿ ਹਜ਼ੂਰ ਇਹ ਬਾਰ ਬਾਰ ਯਜ਼ੀਦ ਮੈਨੂੰ ਪੈਗਾਮ ਭੇਜ ਰਿਹਾ ਕਿ ਇਹਨਾਂ ਕੋਲੋਂ ਬੈਤ ਲੈ ਅਤੇ ਮੈਨੂੰ ਇਹ ਖਲੀਫਾ ਮੰਨਣ। ਮੇਰੇ ਇਮਾਮੇ ਅਲੀ ਮਕਾਮ ਨੇ ਫਰਮਾਇਆ ਇਹ ਕੋਈ ਅੰਦਰ ਕਮਰੇ ਦੇ ਅੰਦਰ ਬੰਦ ਬਹਿ ਕੇ ਫੈਸਲਾ ਤਾਂ ਨਹੀਂ ਹੋ ਸਕਦਾ, ਇਹ ਤਾਂ ਅਵਾਮੀ ਮਸਲਾ। ਉਹ ਵੱਖਰੀ ਗੱਲ ਹੈ ਕਿ ਅੱਜ ਕਮਰਿਆਂ ਦੇ ਅੰਦਰ ਬਹਿ ਕੇ ਹੀ ਹਕੂਮਤੀ ਫੈਸਲੇ ਆਉਂਦੇ ਨੇ, ਆਵਾਮ ਨੂੰ ਤਾਂ ਸਿਰਫ ਐਵੇਂ ਆਰੇ ਲਾਇਆ। ਇਮਾਮੇ ਅਲੀ ਮਕਾਮ ਨੇ ਵੀ ਫਰਮਾਇਆ ਇਹ ਕੋਈ ਕਮਰੇ ਦੇ ਅੰਦਰ ਬਹਿ ਕੇ ਫੈਸਲਾ ਤਾਂ ਨਹੀਂ ਖਲੀਫਾ ਦਾ ਹੋ ਸਕਦਾ, ਇਹ ਵਕਤ ਦੇ ਹੁਕਮਰਾਨ ਦਾ ਖਲੀਫਾ ਦਾ ਇਹ ਫੈਸਲਾ ਇੰਝ ਬਹਿ ਕੇ ਨਹੀਂ ਹੋ ਸਕਦਾ, ਇਹ ਅਵਾਮੀ ਸਤ੍ਹਾ ਦੇ ਉੱਤੇ ਫੈਸਲਾ ਕੀਤਾ ਜਾਵੇ। ਅਵਾਮ ਜਿਹਨੂੰ ਮੰਨੇਗੀ ਉਹ ਖਲੀਫਾ ਬਣੇਗਾ। ਅਤੇ ਇਹਨੂੰ ਪਤਾ ਸੀ ਯਜ਼ੀਦ ਨੂੰ ਕਿ ਅਗਰ ਇੱਕ ਵਾਰੀ ਇਮਾਮੇ ਅਲੀ ਮਕਾਮ ਨੇ ਕਹਿ ਦਿੱਤਾ, ਇੱਕ ਵਾਰੀ ਅਬਦੁੱਲਾ ਬਿਨ ਜ਼ੁਬੈਰ ਜਾਂ ਅਬਦੁੱਲਾ ਬਿਨ ਉਮਰ ਕਹਿ ਦਿੱਤਾ ਨਾ ਕਿ ਤੈਨੂੰ ਖਲੀਫਾ ਨਹੀਂ ਮੰਨਦੇ, ਕਿਸੇ ਵੀ ਨਹੀਂ ਮੰਨਣਾ। ਇਸ ਵਾਸਤੇ ਉਹਨੇ ਇਹਨਾਂ ਤਿੰਨਾਂ ਦੇ ਬਾਰੇ ਕਿਹਾ ਸੀ ਕਿ ਇਹਨਾਂ ਕੋਲੋਂ ਪਹਿਲੇ ਮੇਰੀ ਖਿਲਾਫਤ ਮੰਨਵਾਓ। ਮਗਰ ਮੇਰੇ ਇਮਾਮੇ ਅਲੀ ਮਕਾਮ ਨੇ ਫਰਮਾਇਆ ਕਿ ਮੈਂ ਉਹਨੂੰ ਖਲੀਫਾ ਕਿਵੇਂ ਮੰਨ ਲਵਾਂ, ਉਹ ਤਾਂ ਸ਼ਰੀਅਤ ਦੀਆਂ ਹੱਦਾਂ ਨੂੰ ਤੋੜਨ ਵਾਲਾ ਹੈ, ਉਹ ਤਾਂ ਸ਼ਰੀਅਤ ਦੀ ਪਾਸਦਾਰੀ ਨਹੀਂ ਕਰਦਾ, ਬੇਨਮਾਜ਼ੀ ਵੀ ਮਾਦਲਾ ਜ਼ਨਾ ਵੀ ਕਰਦਾ, ਸ਼ਰਾਬ ਵੀ ਪੀਂਦਾ, ਕਿਹੜਾ ਕੋਈ ਐਸਾ ਗੁਨਾਹ ਜਿਹੜਾ ਉਹਦੇ ਵਿੱਚ ਕੋਈ ਨਹੀਂ, ਉਹ ਸ਼ਰੀਅਤ ਦੀਆਂ ਹੱਦਾਂ ਨੂੰ ਤੋੜਦਾ। ਇਸ ਵਾਸਤੇ ਮੈਂ ਇਹ ਹੱਥ ਜਿਹੜੇ ਮੁਸਤਫਾ ਕਰੀਮ ਦੇ ਮੁਬਾਰਕ ਹੱਥਾਂ ਦੇ ਵਿੱਚ ਰਹੇ ਨੇ, ਇਹ ਮੈਂ ਉਸ ਪਲੀਤ ਦੇ ਹੱਥਾਂ ਦੇ ਵਿੱਚ ਕਿਵੇਂ ਦੇ ਦੇਵਾਂ। ਮੇਰੇ ਇਮਾਮ ਨੇ ਫਰਮਾਇਆ ਕਿ ਮੈਂ ਉਹਦੇ ਹੱਥ 'ਤੇ ਬੈਤ ਨਹੀਂ ਕਰਾਂਗਾ, ਬੈਤ ਨਹੀਂ ਕਰਾਂਗਾ। ਇੰਨਾ ਫਰਮਾ ਕੇ ਤਾਂ ਆਪ ਬਾਹਰ ਤਸ਼ਰੀਫ ਲੈ ਕੇ ਆ ਗਏ। ਉਹ ਜਿਹੜਾ ਯਾਰ ਬੈਠਾ ਸੀ ਨਾ ਨਾਲ ਵਜ਼ੀਰ ਦਾ, ਵਲੀਦ ਬਿਨ ਉਕਬਾ ਨੂੰ ਕਹਿਣ ਲੱਗਾ ਕਿ ਅੱਜ ਹੁਸੈਨ ਤੇਰੇ ਹੱਥਾਂ ਦੇ ਵਿੱਚ ਮੌਜੂਦ ਹੈ, ਇੱਥੇ ਹੀ ਸਿਰ ਉਤਾਰ ਕੇ ਨਾ ਅਤੇ ਕੂਫੇ ਭੇਜ ਦੇ, ਪਤਾ ਨਹੀਂ ਬਾਅਦ 'ਚੋਂ ਮੌਕਾ ਮਿਲੇ ਕਿ ਨਾ ਮਿਲੇ। ਵਲੀਦ ਬਿਨ ਉਕਬਾ ਜਿਹੜੇ ਸਨ, ਇਹ ਅਹਿਲੇ ਬੈਤ ਦੇ ਪੱਕੇ ਅਤੇ ਸੱਚੇ ਨੌਕਰ ਸਨ। ਆਪ ਨੇ ਫਰਮਾਇਆ ਲੱਖਾਂ ਗਵਰਨਰੀਆਂ ਕੁਰਬਾਨ ਇਹਨਾਂ ਦੇ ਕਦਮਾਂ ਦੇ ਉੱਤੋਂ, ਮੈਨੂੰ ਨਹੀਂ ਗਵਰਨਰੀ ਚਾਹੀਦੀ ਜਿਹੜੀ ਇਮਾਮੇ ਅਲੀ ਮਕਾਮ ਦਾ ਸਰ ਉਤਾਰ ਕੇ ਗਵਰਨਰੀ ਹੋਵੇ, ਸਾਨੂੰ ਇਹੋ ਜਿਹੀਆਂ ਗਵਰਨਰੀਆਂ ਨਹੀਂ ਚਾਹੀਦੀਆਂ। ਮੇਰੇ ਇਮਾਮੇ ਅਲੀ ਮਕਾਮ ਰਜ਼ੀ ਅੱਲਾਹ ਤਾਲਾ ਅਨਹੋ ਜਦੋਂ ਘਰ ਆਏ ਨਾ, ਤਾਂ ਕਦਮ ਬੜੇ ਬੋਝਲ ਸਨ, ਕਿਉਂਕਿ ਹਾਲਾਤ ਨਜ਼ਰ ਆ ਰਹੇ ਸਨ ਕਿ ਕਿਵੇਂ ਦੇ ਅੱਗੋਂ ਬਣਦੇ ਜਾ ਰਹੇ ਨੇ। ਅਤੇ ਇਮਾਮੇ ਅਲੀ ਮਕਾਮ ਦੀ ਉਹ ਬਹਿਣ ਜਿਹੜੀ ਸ਼ਰੀਕਤੁਲ ਹੁਸੈਨ, ਹਜ਼ਰਤ ਸੈਯਦਾ ਤੈਯਬਾ ਤਾਹਿਰਾ, ਹਜ਼ਰਤ ਜ਼ੈਨਬ ਰਜ਼ੀ ਅੱਲਾਹ ਤਾਲਾ ਅਨਹਾ, ਆਪ ਜਿਹੜੀ ਭਾਈ ਦੀ ਰਾਜ ਸ਼ਨਾਸ ਸੀ, ਜਦੋਂ ਵੇਖਿਆ ਨਾ ਕਦਮ ਬੋਝਲ ਤੇ ਜਦੋਂ ਚਿਹਰਾ ਪਰੇਸ਼ਾਨ ਤੇ ਵੇਖ ਕੇ ਕਹਿਣ ਲੱਗੇ, ਵੀਰਾ ਕੀ ਗੱਲ ਹੈ, ਕਿਉਂ ਪਰੇਸ਼ਾਨ ਹੈ, ਕੋਈ ਪਰੇਸ਼ਾਨੀ ਹੈ? ਆਪ ਨੇ ਫਰਮਾਇਆ ਕਿ
ਯਜ਼ੀਦ ਕਹਿ ਰਿਹਾ ਮੈਨੂੰ ਖਲੀਫਾ ਮੰਨੋ। ਮੈਨੂੰ ਲੱਗਦਾ ਕਿ ਅਗਰ ਮੈਂ ਉਹਨੂੰ ਖਲੀਫਾ ਨਾ ਮੰਨਾਂਗਾ ਤਾਂ ਉਹਨੇ ਮਦੀਨਾ ਤੈਯਬਾ ਦੇ ਉੱਤੇ ਹਮਲਾ ਕਰ ਦੇਣਾ, ਕਿਉਂਕਿ ਉਹਨੂੰ ਕੋਈ ਪਰਵਾਹ ਨਹੀਂ ਸੀ। ਉਹ ਜ਼ਾਲਮ ਜੋ ਸੀ, ਜ਼ਾਲਮੀਨ ਵਿੱਚੋਂ ਦਾ ਸ਼ੁਮਾਰ ਸੀ, ਉਹਨੂੰ ਕੋਈ ਪਰਵਾਹ ਨਹੀਂ ਸੀ। ਭਾਵੇਂ ਇਹ ਯਜ਼ੀਦ ਉਲਮਾ ਫਰਮਾਦੇ ਨੇ ਸਿਰਫ ਕਰਬਲਾ ਦਾ ਹੀ ਮੁਜਰਮ ਨਹੀਂ ਹੈ, ਇਹ ਮੱਕਾ ਦਾ ਵੀ ਮੁਜਰਮ ਹੈ ਅਤੇ ਮਦੀਨਾ ਤੈਯਬਾ ਦਾ ਵੀ ਮੁਜਰਮ ਹੈ। ਇਹਨੇ ਕਰਬਲਾ ਦੇ ਅੰਦਰ ਵੀ ਜ਼ੁਲਮ ਕੀਤਾ, ਇਹ ਯਜ਼ੀਦ ਨੇ ਮੱਕੇ ਦੇ ਅੰਦਰ ਵੀ ਜ਼ੁਲਮ ਕੀਤਾ। ਹਜ਼ਰਤ ਇਸਮਾਈਲ ਅਲੈਹਿਸਲਾਮ ਦੇ ਬਦਲੇ ਜਿਹੜਾ ਦੁੰਬਾ ਜ਼ਿਭਾਇਆ ਸੀ, ਉਹਦੇ ਸਿੰਘ ਮੁਬਾਰਕ ਵੀ ਪਏ ਸਨ। ਹੋਰ ਵੀ ਕਈ ਐਸੀਆਂ ਚੀਜ਼ਾਂ ਸਨ ਜਿਹੜੀਆਂ ਇਹਨੇ ਕਾਬੇ ਦੇ ਪਰਦੇ ਵੀ ਜਲਾ ਦਿੱਤੇ। ਇਹਨੇ ਬੜਾ ਉਦੋਂ ਵੀ ਨੁਕਸਾਨ ਕੀਤਾ ਅਤੇ ਬੇਹੁਰਮਤੀ ਕੀਤੀ। ਇਹਨੇ ਮਦੀਨਾ ਤੈਯਬਾ ਮਸਜਿਦ ਨਬਵੀ ਦੇ ਅੰਦਰ ਮਾਜ਼ਰਲਾ ਘੋੜੇ ਵੀ ਬਣੇ ਸਨ, ਜਿਵੇਂ ਅੱਜ ਗੱਡੀਆਂ ਖਿਲਾਰੀਆਂ ਜਾ ਰਹੀਆਂ ਨੇ। ਇਹ ਯਜ਼ੀਦ ਨੇ ਉਦੋਂ ਕੰਮ ਕੀਤਾ ਸੀ, ਉਹਨੇ ਮਦੀਨਾ ਤੈਯਬਾ ਦੇ ਅੰਦਰ ਘੋੜੇ ਬੰਨੇ ਸਨ, ਉਹਨੂੰ ਕੋਈ ਪਰਵਾਹ ਨਹੀਂ ਸੀ ਉਸ ਵਕਤ। ਅੱਜ ਤੇ ਲੋਕ ਕਹਿੰਦੇ ਨੇ ਨਾ ਜੀ ਜਾ ਕੇ ਇਹ ਉਹਨਾਂ ਦੇ ਪਿੱਛੇ ਇਤਨੀ ਵੱਡੀ ਸਾਦਤ ਹੈ, ਮਦੀਨਾ ਤੈਯਬਾ ਜਾ ਕੇ ਅਤੇ ਉਸ ਇਮਾਮ ਦੇ ਪਿੱਛੇ ਨਮਾਜ਼ ਕਿਉਂ ਨਹੀਂ ਪੜ੍ਹਦੇ? ਅਸੀਂ ਤਾਂ ਨਹੀਂ ਪੜ੍ਹ ਸਕਦੇ, ਕਿਉਂਕਿ ਇਮਾਨਦਾਰੀ ਦੇ ਨਾਲ ਦੱਸੋ, ਜਦੋਂ ਯਜ਼ੀਦ ਉਸ ਵਕਤ ਉਹਨੇ ਮਦੀਨਾ ਤੈਯਬਾ ਮਸਜਿਦ ਨਬਵੀ ਦੇ ਅੰਦਰ ਘੋੜੇ ਬੰਨੇ ਸਨ, ਉਹਨੇ ਆਪਣਾ ਇਮਾਮ ਖਿਲਾ ਰਿਹਾ ਸੀ, ਅਤੇ ਉਸ ਵਕਤ ਜਿਹੜੇ ਸਾਹਬਾ ਸਨ ਨਾ ਉਹਨਾਂ ਨੇ ਪਿੱਛੇ ਨਮਾਜ਼ ਕੋਈ ਨਹੀਂ ਸੀ ਪੜ੍ਹੀ ਹੈ। ਹਾਲਾਂਕਿ ਮਦੀਨਾ ਤੈਯਬਾ ਹੈ, ਇੱਥੇ ਵੀ ਇਹ ਗੱਲ ਹੋ ਸਕਦੀ ਹੈ ਕਿ ਇਤਨੀ ਬੜੀ ਜਗ੍ਹਾ ਹੈ, ਇਸ ਤੋਂ ਵੱਡਾ ਸ਼ਰਫ ਕਿਹੜਾ ਹੋ ਸਕਦਾ ਹੈ? ਫਿਰ ਸਾਹਬਾ ਇਕਰਾਮ ਨੇ ਉਸ ਵਕਤ ਯਜ਼ੀਦ ਦਾ ਜਿਹੜਾ ਇਮਾਮ ਖਿਲਾ ਰਿਹਾ ਉਹਦੇ ਪਿੱਛੇ ਕਿਉਂ ਨਹੀਂ ਨਮਾਜ਼ ਪੜ੍ਹੀ? ਇਸ ਵਾਸਤੇ ਜਿਹੜੇ ਗੁਸਤਾਖੇ ਰਸੂਲ ਹੋਣਾ ਸੀ ਉਹਨਾਂ ਦੇ ਪਿੱਛੇ ਨਮਾਜ਼ ਨਹੀਂ ਪੜ੍ਹ ਸਕਦੇ, ਨਾ ਸਾਡੀ ਨਮਾਜ਼ ਹੁੰਦੀ ਹੈ। ਹਾਜ਼ਰ ਮੁਹਤਸ਼ਮ, ਉਸ ਵਕਤ ਇਹ ਯਜ਼ੀਦ ਨੇ ਮਦੀਨਾ ਤੈਯਬਾ ਦੀ ਵੀ ਬੇਹੁਰਮਤੀ ਕੀਤੀ, ਇਹਨੇ ਬੜਾ ਨੁਕਸਾਨ ਕੀਤਾ, ਬੇਅਦਬੀ ਕੀਤੀ। ਮੇਰੇ ਇਮਾਮ ਅਲੀ ਮਕਾਮ ਰਜ਼ੀ ਅੱਲਾਹ ਤਾਲਾ ਅਨਹੁ ਜਦੋਂ ਪਰੇਸ਼ਾਨ ਆ ਕੇ ਤੇ ਬਹਿਨ ਪੁੱਛਿਆ, ਨਬੀਰਾ ਕਿਉਂ ਪਰੇਸ਼ਾਨ, ਕੀ ਗੱਲ ਹੈ? ਫਰਮਾਇਆ ਮਦੀਨਾ ਤੈਯਬਾ ਤੇ ਮੈਨੂੰ ਲੱਗਦਾ ਹਮਲਾ ਹੋਵੇਗਾ, ਮੈਨੂੰ ਲੱਗਦਾ ਕਿ ਯਜ਼ੀਦ ਨੂੰ ਮੈਂ ਨਾ ਮੰਨਿਆ ਖਲੀਫਾ ਤੇ ਉਹਨੇ ਮਦੀਨੇ ਤੇ ਹਮਲਾ ਕਰ ਦੇਣਾ, ਫਿਰ ਕਿਵੇਂ ਕਰਨੀ ਚਾਹੀਦੀ ਹੈ? ਫਰਮਾਇਆ ਮੇਰਾ ਖਿਆਲ ਹੈ ਕਿ ਸਾਨੂੰ ਮਦੀਨਾ ਛੱਡ ਕੇ ਚਲੇ ਜਾਣਾ ਚਾਹੀਦਾ। ਕੀ ਵਜ੍ਹਾ? ਕਿਉਂਕਿ ਮਦੀਨਾ ਤੈਯਬਾ ਜਿਹੜੀ ਇੱਥੇ ਥੋੜ੍ਹੀ ਜਿੰਨੀ ਵੀ ਬੇਅਦਬੀ ਨਹੀਂ ਸਾਨੂੰ ਬਰਦਾਸ਼ਤ, ਸਾਨੂੰ ਨਹੀਂ ਬਰਦਾਸ਼ਤ ਕਿ ਇੱਥੇ ਮਦੀਨਾ ਤੈਯਬਾ ਦੇ ਉੱਤੇ ਹਮਲਾ ਹੋਵੇ, ਖੂਨ ਰੇਜ਼ੀ ਹੋਵੇ। ਇਮਾਮ ਅਲੀ ਮਕਾਮ ਨੇ ਉਹ ਹੀ ਜਵਾਬ ਦਿੱਤਾ ਜਿਹੜਾ ਹਜ਼ਰਤ ਉਸਮਾਨ ਗਨੀ ਰਜ਼ੀ ਅੱਲਾਹ ਤਾਲਾ ਅਨਹੋ ਨੇ ਦਿੱਤਾ, ਜਦੋਂ ਬਲਵਾਈਆਂ ਨੇ ਹਮਲਾ ਕੀਤਾ ਸੀ ਨਾ, ਅਤੇ ਆਪ ਦੇ ਚਾਹਣ ਵਾਲਿਆਂ ਨੇ ਸਾਰੇ ਸਾਹਬਾਂ ਨੇ ਅਰਜ਼ ਕੀਤੀ ਸੀ, ਹਜ਼ੂਰ ਸਾਨੂੰ ਇਜਾਜ਼ਤ ਦਿਓ ਇੱਕ ਵਾਰੀ ਤਲਵਾਰ ਉਠਾਉਣ ਦੀ, ਅਸੀਂ ਇਹਨਾਂ ਸਾਰਿਆਂ ਨੂੰ ਖਤਮ ਕਰਕੇ ਰੱਖ ਦਈਏ। ਉਸਮਾਨ ਗਨੀ ਫਰਮਾਇਆ ਸੀ ਕਿ ਨਾ, ਇਹ ਸੋਹਣੇ ਦਾ ਮਦੀਨਾ ਸ਼ਹਿਰ ਹੈ, ਇੱਥੇ ਅਸੀਂ ਖੂਨ ਰੇਜ਼ੀ ਨਹੀਂ ਆਉਣ ਦੇਵਾਂਗੇ। ਮੇਰੇ ਇਮਾਮ ਅਲੀ ਮਕਾਮ ਵੀ ਉਹੀ ਜਵਾਬ ਦਿੱਤਾ, ਫਰਮਾਇਆ ਇੱਥੇ ਰਿਆ ਅਤੇ ਖੂਨ ਰੇਜ਼ੀ ਹੋਵੇਗੀ, ਫਸਾਦ ਹੋਵੇਗਾ, ਯਜ਼ੀਦ ਮਦੀਨਾ ਤੈਯਬਾ ਤੇ ਹਮਲਾ ਕਰੇਗਾ, ਤੇ ਕਮਲੀ ਵਾਲੇ ਦਾ ਸ਼ਹਿਰ ਹੈ, ਇਹ ਅਮਨ ਦਾ ਸ਼ਹਿਰ ਹੈ, ਇੱਥੇ ਬੇਅਦਬੀ ਸਾਨੂੰ ਬਰਦਾਸ਼ਤ ਕੋਈ ਨਹੀਂ, ਇਸ ਵਾਸਤੇ ਅਸੀਂ ਨਾ ਮਦੀਨਾ ਹੀ ਛੱਡ ਜਾਵਾਂਗੇ। ਅਸੀਂ ਮਦੀਨਾ ਛੱਡ ਕੇ ਤੁਰ ਜਾਂਦੇ ਹਾਂ ਘਰ ਆ ਕੇ, ਅਤੇ ਮੇਰੇ ਇਮਾਮ ਅਲੀ ਮਕਾਮ ਇਮਾਮ ਹੁਸੈਨ ਰਜ਼ੀ ਅੱਲਾਹ ਤਾਲਾ ਅਨਹੋ ਆਪਣੇ ਘਰ ਵਾਲੇ ਨੂੰ ਫਰਮਾਨ ਲੱਗੇ, ਤਿਆਰੀ ਕਰੋ, ਅਸੀਂ ਮਦੀਨਾ ਤੈਯਬਾ ਤੋਂ ਕੂਚ ਕਰਕੇ ਚਲੇ ਜਾਂਦੇ ਹਾਂ। ਫਰਮਾਇਆ ਅਲੀ ਅਕਬਰ, ਫਰਮਾਇਆ ਪੁੱਤਰ ਤਿਆਰੀ ਕਰੋ, ਕਾਸਿਮ ਤਿਆਰੀ ਕਰੋ, ਅਸੀਂ ਮਦੀਨਾ ਤੈਯਬਾ ਛੋੜ ਕੇ ਜਾ ਰਹੇ ਹਾਂ। ਲੋਕ ਮਦੀਨੇ ਇਹਨਾਂ ਨੂੰ ਵੇਖਣ ਵਾਸਤੇ ਆਉਂਦੇ ਨੇ, ਮਦੀਨੇ ਵਾਲੇ ਮਦੀਨਾ ਛੱਡ ਕੇ ਜਾ ਰਹੇ ਨੇ। ਇਹ ਫੈਸਲਾ ਕੀਤਾ, ਤਰੀਕ ਗਵਾਏ ਕਿ ਇਮਾਮ ਹੁਸੈਨ ਰਜ਼ੀ ਅੱਲਾਹ ਤਾਲਾ ਅਨਹੁ ਜਿਹੜਾ ਬਯਕ ਵਕਤ ਜਿਹੜਾ ਫੈਸਲਾ ਕੀਤਾ ਸੀ ਨਾ ਮਦੀਨਾ ਤੈਯਬਾ ਛੱਡਣ ਦਾ, ਬਿਲਕੁਲ ਠੀਕ ਫੈਸਲਾ ਫਰਮਾਇਆ ਸੀ, ਤਰੀਕ ਗਵਾਏ। ਹਾਜ਼ਰ ਮੁਹਤਸ਼ਮ, ਇਮਾਮ ਅਲੀ ਮਕਾਮ ਫਰਮਾਇਆ ਤਿਆਰੀ ਕਰੋ, ਇਹ ਤਾਂ ਤਿਆਰੀ ਵੀ ਆਉਂਦੀ ਹੈ ਰਾਤ ਦਾ ਵੇਲਾ। ਮੇਰੇ ਇਮਾਮ ਅਲੀ ਮਕਾਮ ਫਰਮਾਨ ਲੱਗੇ ਕਿ ਮੈਂ ਦਿਲ ਕਰ ਰਿਹਾ ਮੇਰਾ ਕਿ ਪਤਾ ਨਹੀਂ ਮੁੜ ਵਾਪਸ ਆਉਣਾ ਕਿ ਨਹੀਂ ਆਉਣਾ, ਅਤੇ ਮੇਰਾ ਦਿਲ ਕਰਦਾ ਜਾਣ ਦੀ ਵਾਰੀ ਮੈਂ ਆਪਣੇ ਨਾਨੇ ਦੇ ਰੋਜ਼ੇ ਦੇ ਉੱਤੋਂ ਹੋ ਕੇ ਆਵਾਂ, ਮੈਂ ਨਾਨਾ ਜੀ ਦੇ ਰੋਜ਼ੇ ਦੇ ਉੱਤੋਂ ਆ ਕੇ ਹਾਜ਼ਰੀ ਦੇ ਕੇ ਆਵਾਂ। ਸੈਯਦਾ ਜ਼ੈਨਬ ਰਜ਼ੀ ਅੱਲਾਹ ਤਾਲਾ ਅਨਹਾ ਆ ਵੀ ਨਾਲ
ਸੈਯਦਾ ਸਕੀਨਾ ਵੀ ਰਜ਼ੀ ਅੱਲਾਹੁ ਤਾਲਾ ਅਨਹਾ ਆਪ ਵੀ ਨਾਲ ਜਦੋਂ ਟੁਰੇ ਟੁਰੇ ਤੇ ਮਦੀਨਾ ਤੈਯਬਾ ਹਜ਼ੂਰ ਸਲਾਤ ਵ ਸਲਾਮ ਦੇ ਰੋਜ਼ੇ ਉੱਤੇ ਜਦੋਂ ਗੁੰਬਦ ਖਜ਼ਰਾ ਵੱਲ ਝਾਤੀ ਮਾਰੀ ਨਾ ਤੇ ਉਹ ਕਬੂਤਰ ਕਿ ਜਿਹੜੇ ਉੱਥੇ ਦਾਣਾ ਖਾਂਦੇ ਨੇ ਦਿਨ ਤੇ ਰਾਤ ਦਾਣਾ ਚੁੱਗਦੇ ਰਹਿੰਦੇ ਨੇ ਅੱਜ ਵੀ ਉਹਨਾਂ ਦੀਆਂ ਨਸਲਾਂ ਮਦੀਨਾ ਤੈਯਬਾ ਉਹ ਕਬੂਤਰ ਚੌਂਕ ਦੇ ਅੰਦਰ ਕਬੂਤਰ ਮੌਜੂਦ ਨੇ ਅੱਜ ਵੀ ਜਦੋਂ ਉਹਨਾਂ ਵੱਲ ਵੇਖਿਆ ਨਾ ਤਾਂ ਇਮਾਮੇ ਅਲੀ ਮਕਾਮ ਦੀਆਂ ਅੱਖਾਂ 'ਚੋਂ ਅੱਥਰੂ ਆ ਗਏ ਅੱਖਾਂ ਵਿੱਚੋਂ ਅੱਥਰੂ ਆ ਗਏ ਤੇ ਮੇਰੇ ਇਮਾਮੇ ਹੁਸੈਨ ਰਜ਼ੀ ਅੱਲਾਹੁ ਤਾਲਾ ਅਨਹੁ ਹੁਕਮ ਬਦੇ ਖਦਰਾ ਵੱਲ ਵੇਖਿਆ ਤੇ ਇਮਾਮੇ ਅਲੀ ਮਕਾਮ ਰਜ਼ੀ ਅੱਲਾਹੁ ਤਾਲਾ ਨਾ ਰੋ ਕੇ ਅਰਦ ਕਰਦੇ ਨੇ ਕਮਲੀ ਵਾਲੀ ਆ ਸੋਹਣਿਆ ਜਾਨਵਰ ਵੀ ਮਦੀਨੇ ਰਹਿ ਸਕਦੇ ਨੇ ਕਮਲੀ ਵਾਲੀਆ ਹਵਾਵਾਂ ਵੀ ਮਦੀਨੇ ਰਹਿ ਸਕਦੀਆਂ ਨੇ ਕਮਲੀ ਵਾਲੀ ਆ ਕਿਆਮਤ ਤੱਕ ਆਸ਼ਕ ਆਉਂਦੇ ਵੀ ਰਹਿਣਗੇ ਕਿਆਮਤ ਤੱਕ ਆਸ਼ਕ ਜਾਂਦੇ ਵੀ ਰਹਿਣਗੇ ਕਮਲੀ ਵਾਲਿਆ ਜੇ ਨਹੀਂ ਰਹਿ ਸਕਦਾ ਅੱਜ ਤੇਰਾ ਹੁਸੈਨ ਮਦੀਨੇ ਨਹੀਂ ਰਹਿ ਸਕਦਾ ਰੋਕ ਕਹਿਣ ਲੱਗੇ ਕਮਲੀ ਵਾਲੀ ਆ ਮੈਂ ਉਹ ਹੁਸੈਨ ਜਿਨ੍ਹਾਂ ਨੂੰ ਤੁਸੀਂ ਮੁਬਾਰਕ ਮੋਢਿਆਂ ਤੇ ਚੁੱਕ ਕੇ ਮਦੀਨਾ ਤੈਯਬਾ ਦੀ ਗਲੀਆਂ 'ਚ ਫਿਰਦੇ ਰਹੇ ਹੋ ਕਮਲੀ ਵਾਲੀ ਆ ਮੈਂ ਉਹ ਹੁਸੈਨ ਜਿਹੜਾ ਤੁਹਾਡੀ ਗੋਦੀ 'ਚ ਆਰਾਮ ਕਰਦਾ ਰਹੀ ਹਾਂ ਰੋਕ ਕਹਿੰਦੇ ਨੇ ਕਮਲੀ ਵਾਲੀ ਆਮ ਇਹ ਕਿਆਮਤ ਤੱਕ ਆਸ਼ਕ ਆਉਂਦੇ ਤੇ ਜਾਂਦੇ ਰਹਿਣਗੇ ਹਵਾਵਾਂ ਵੀ ਮਦੀਨੇ ਵਿੱਚ ਰਹਿਣਗੀਆਂ ਜਾਨਵਰ ਵੀ ਮਦੀਨੇ ਰਹਿਣਗੇ ਕਮਲੀ ਵਾਲਿਆ ਤੇਰਾ ਹੁਸੈਨ ਮਦੀਨੇ ਨਹੀਂ ਰਹਿ ਸਕਦਾ ਅਸੀਂ ਮਦੀਨਾ ਤੈਯਬਾ ਛੱਡ ਕੇ ਜਾ ਰਹੇ ਹਾਂ ਨੌਜਵਾਨ ਰੋਕ ਕਹਿੰਦੇ ਨੇ ਕਮਲੀ ਵਾਲੀ ਆਮ ਸੋਹਣਿਆ ਮੇਰੀ ਇੱਜ਼ਤ ਦੀ ਖਾਤਰ ਤੂੰ ਮਿੰਬਰ ਛੱਡਿਆ ਸੀ ਅੱਜ ਮੈਂ ਤੇਰੀ ਇੱਜ਼ਤ ਦੀ ਖਾਤਰ ਮਦੀਨਾ ਹੀ ਛੱਡ ਚੱਲੀ ਆਵਾਮ ਨੌਜਵਾਨ ਤਿਆਰੀ ਪੇ ਕਰਦੇ ਸਈਆਂ ਦਾ ਜ਼ੈਨਬ ਵੀ ਦੋ ਰਹੀਆਂ ਸਈਆਂ ਸਕੀਨਾ ਵੀ ਦੋ ਰਹੀਆਂ ਨਾਲੇ ਹਜ਼ੂਰ ਦੀਆਂ ਮੁਬਾਰਕ ਜਾਲੀਆਂ ਨੂੰ ਫੜੀਆਂ ਤੇ ਰੋਕ ਕਹਿਣ ਲੱਗੀਆਂ ਚੁੰਮ ਕੇ ਰੋਜ਼ੇ ਵਾਲੀ ਜਾਲੀ ਚੁੰਮ ਕੇ ਰੋਜ਼ੇ ਵਾਲੀ ਇਹ ਕਰਦੀ ਸਕੀਨਾ ਕਮਲੀ ਵਾਲਿਆ ਇਹ ਛੁੱਟ ਚਲਿਆਈਂ ਅੱਜ ਤੇਰਾ ਸ਼ਹਿਰ ਮਦੀਨਾ ਰੋ ਕੇ ਅਰਜ਼ ਕਰਦੇ ਨੇ ਕਮਲੀ ਵਾਲਿਆ ਤੇਰਾ ਮਦੀਨਾ ਛੱਡ ਕੇ ਜਾ ਰਹੇ ਹਾਂ ਅਸੀਂ ਤੁਰ ਚੱਲੇ ਹਾਂ ਮਦੀਨਾ ਤੈਯਬਾ ਤੋਂ ਪਤਾ ਨਹੀਂ ਮੁੜ ਵਾਪਸ ਆਉਣਾ ਕਿ ਨਹੀਂ ਆਉਣਾ ਅਚਾਨਕ ਇਮਾਮ ਅਲੀ ਮਕਾਮ ਹੁਸੈਨ ਦੀ ਅੱਲਾਹ ਤਾਲਾ ਅਨਹੋ ਦੀ ਅੱਖ ਲੱਗੀ ਕਮਲੀ ਵਾਲਾ ਤਸ਼ਰੀਫ ਲੈ ਕੇ ਆ ਗਿਆ ਹਜ਼ੂਰ ਨੇ ਗੋਦੀ 'ਚ ਆਪਣਾ ਇਮਾਮੇ ਹੁਸੈਨ ਦਾ ਸਰ ਮੁਬਾਰਕ ਰੱਖਿਆ ਅਤੇ ਹਜ਼ੂਰ ਨੇ ਫਰਮਾਇਆ ਕਿ ਪੁੱਤਰਾ ਉਹ ਵੇਲਾ ਆ ਗਿਆ ਜਿਹਦੀਆਂ ਮੈਂ ਤੈਨੂੰ ਬਸ਼ਾਰਤਾਂ ਦਿੰਦਾ ਰਿਹਾ ਨਾ ਉਹ ਵਕਤ ਆ ਗਿਆ ਕਿ ਜਦੋਂ ਆਪਣੇ ਜਵਾਨ ਪੁੱਤਰਾਂ ਦੀਆਂ ਲਾਸ਼ਾਂ ਨੂੰ ਚੁੱਕਣਾ ਪਵੇਗਾ ਉਹ ਵਕਤ ਆ ਗਿਆ ਕਿ ਜਦੋਂ ਆਪਣੇ ਭਤੀਜਿਆਂ ਦੇ ਭਾਂਜਿਆਂ ਦੀਆਂ ਵੀ ਲਾਸ਼ਾਂ ਨੂੰ ਚੁੱਕਣਾ ਪਵੇਗਾ ਜਦੋਂ ਅਬਾਸ ਦੇ ਕੱਟੇ ਬਾਧੂ ਚੁੱਕਣੇ ਪੈਣਗੇ ਉਹ ਵਕਤ ਆ ਗਏ ਅਤੇ ਹਜ਼ੂਰ ਨੇ ਫਰਮਾਇਆ ਕਿ ਪੁੱਤਰਾ ਉਸ ਵਕਤ ਹੋਰ ਕੁਝ ਨਹੀਂ ਕਰਨਾ ਸਬਰ ਦਾ ਦਾਮਨ ਨਾ ਛੱਡੀ ਸਬਰ ਦਾ ਨਹੀਂ ਦਾਮਨ ਛੱਡਣਾ ਇਨ ਅੱਲਾਹ ਮਾ ਸਾਬਰੀਨ ਬੇਸ਼ੱਕ ਅੱਲਾਹ ਸਬਰ ਕਰਨ ਵਾਲਿਆਂ ਦੇ ਨਾਲ ਹਾਜ਼ਰ ਮੁਤਸ਼ਮ ਮੈਂ ਤਾਂ ਤੁਸੀਂ ਮਦੀਨਾ ਤੈਯਬਾ ਜਾਈਏ
ਛੱਡ ਕੇ ਆਉਣ ਨੂੰ ਜੀ ਨਹੀਂ ਕਰਦਾ, ਦਿਲ ਕਰਦਾ ਜਾਈਏ ਤੇ ਉੱਥੇ ਹੀ ਰਹਿ ਜਾਈਏ। ਆਪਣਾ ਸ਼ਹਿਰ ਬੰਦੇ ਨੂੰ ਛੱਡਣਾ ਪੈ ਜਾਏ ਨਾ ਤੇ ਗੱਲ ਔਖੀ ਹੋ ਜਾਂਦੀ ਹੈ। ਉਹਨਾਂ ਨੇ ਫਿਰ ਮਦੀਨਾ ਕਿਵੇਂ ਛੱਡਿਆ ਹੋਵੇਗਾ ਜਿਸ ਹੁਸੈਨ ਦਾ ਬਚਪਨ ਹੀ ਮਦੀਨੇ 'ਚ ਗੁਜ਼ਰਿਆ, ਜਿਸ ਹੁਸੈਨ ਅਲੀ ਮਕਾਮ ਦੀ ਜਵਾਨੀ ਮਦੀਨਾ ਤੈਯਬਾ ਦੇ ਅੰਦਰ ਗੁਜ਼ਰੀ ਹੈ, ਜਿਹਨਾਂ ਦਾ ਬੜੇਪਾ ਮਦੀਨਾ ਤੈਯਬਾ ਦੇ ਅੰਦਰ ਗੁਜ਼ਰਿਆ, ਜਿਹਨਾਂ ਸਾਰੀ ਜਵਾਨੀ ਅਤੇ ਸਾਰੀ ਉਮਰ ਮਦੀਨਾ ਤੈਯਬਾ ਦੇ ਅੰਦਰ ਗੁਜ਼ਾਰੀ ਹੈ, ਉਹਨਾਂ ਮਦੀਨਾ ਕਿਵੇਂ ਛੱਡਿਆ ਹੋਵੇਗਾ। ਕੁਝ ਵੀ ਹੋ ਜਾਏ ਆਪਣਾ ਸ਼ਹਿਰ ਨਹੀਂ ਛੱਡਿਆ ਜਾਂਦਾ। ਤਾਂਹੀਓ ਤਾਂ ਮੇਰੇ ਹਜ਼ੂਰ ਜਦੋਂ ਹਿਜਰਤ ਫਰਮਾ ਕੇ ਮਦੀਨਾ ਤੈਯਬਾ ਤਸ਼ਰੀਫ ਲੈ ਕੇ ਜਾ ਰਹੇ ਸਨ ਨਾ, ਅਤੇ ਹਜ਼ੂਰ ਨੇ ਮੁੜ ਕੇ ਕਾਬੇ ਵੱਲ ਵੇਖਿਆ ਸੀ ਅਤੇ ਹਜ਼ੂਰ ਨੇ ਕਾਬੇ ਵੱਲ ਵੇਖ ਕੇ ਫਰਮਾਇਆ ਕਿ ਤੈਨੂੰ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ, ਪਰ ਕੀ ਕਰਾਂ ਤੇਰੇ ਵਾਸੀ ਮੈਨੂੰ ਵਸਣ ਹੀ ਨਹੀਂ ਦਿੰਦੇ, ਇਹ ਮਜਬੂਰੀ ਬਣ ਗਈ, ਮੈਂ ਛੱਡ ਕੇ ਜਾ ਰਿਹਾ ਵਾ, ਤੈਨੂੰ ਛੱਡ ਕੇ ਜਾਣ ਨੂੰ ਦਿਲ ਨਹੀਂ ਕਰਦਾ। ਅਤੇ ਮੇਰੇ ਇਮਾਮੇ ਲਈ ਮਕਾਮ ਫਿਰ ਮਦੀਨਾ ਤੈਯਬਾ ਕਿਵੇਂ ਛੱਡਿਆ ਹੋਵੇਗਾ, ਕਿਵੇਂ ਮਦੀਨਾ ਤੈਯਬਾ ਨੂੰ ਛੱਡ ਕੇ ਜਾ ਰਹੇ ਹੋਣਗੇ। ਤੇ ਨੌਜਵਾਨ ਇਮਾਮੇ ਅਲੀ ਮਕਾਮ ਰਜ਼ੀ ਅੱਲਾਹ ਤਾਲਾ ਨੂੰ ਨਾਨਾ ਜੀ ਦੇ ਹੁਜਰੇ ਦੇ ਉੱਤੇ ਆ ਗਏ, ਮੇਰੇ ਹਜ਼ੂਰ ਲਈ ਸਲਾਤ ਵ ਸਲਾਮ ਦੀ ਬਾਰਗਾਹ ਦੇ ਅੰਦਰ ਹੋ ਕੇ ਟੁਰੇ ਟੁਰੇ, ਓ ਜੰਨਤੁਲ ਬਕੀ ਦੇ ਅੰਦਰ ਨੌਜਵਾਨ ਸੈਯਦਾ ਜ਼ਾਰਾ ਪਾਕ ਆਪਣੀ ਮਾਂ ਦੀ ਕਬਰੇ ਮੁਬਾਰਕ ਦੇ ਉੱਤੇ ਆ ਗਏ। ਨੌਜਵਾਨ ਅੱਜ ਵੀ ਜਿਨ੍ਹਾਂ ਦੇ ਮਾਂ ਤੇ ਬਾਪ ਦੁਨੀਆਂ ਤੋਂ ਡਰ ਜਾਂਦੇ ਨੇ, ਅੱਜ ਵੀ ਜਦੋਂ ਮਾਂ ਦੀ ਕਬਰ ਤੇ ਜਾਂਦੇ ਨੇ, ਅੱਜ ਵੀ ਜਦੋਂ ਜਾ ਕੇ ਬਾਪ ਦੀ ਕਬਰ ਤੇ ਬਹਿੰਦੇ ਨੇ, ਜਾਨ ਨਿਕਲ ਜਾਂਦੀ ਹੈ, ਚੀਖਾਂ ਨਿਕਲ ਜਾਂਦੀਆਂ ਨੇ, ਮੇਰੇ ਇਮਾਮੇ ਅਲੀ ਮਕਾਮ ਵੀ ਟੁਰੇ ਟੁਰੇ ਮਾਂ ਦੀ ਕਬਰ ਸੀ ਆ ਗਏ। ਇਮਾਮੇ ਅਲੀ ਮਕਾਮ ਆਪਣੀ ਮਾਂ ਦੀ ਖਬਰ ਦੇ ਉੱਤੇ ਆ ਕੇ ਜੱਫਾ ਮਾਰ ਲਈਆਂ ਤੇ ਰੋ ਕੇ ਕਹਿਣ ਲੱਗੇ, ਅੰਮਾ ਮੈਂ ਹੁਸੈਨ ਜਿਹਨੂੰ ਤੂੰ ਲੋਰੀਆਂ ਚੋਂ ਕੁਰਾਨ ਸੁਣਾਉਂਦੀ ਰਹੀ ਏ, ਅੰਮਾ ਮੈਂ ਉਹ ਹੁਸੈਨ ਜਿਹਨਾਂ ਨੂੰ ਤੂੰ ਦੁੱਧ ਪਿਲਾਉਂਦੇ ਵੀ ਕੁਰਾਨ ਹੀ ਸੁਣਾਇਆ ਏ, ਅੰਮਾ ਤੂੰ ਆਟਾ ਗੁੰਨਿਆ ਤੇ ਕੁਰਾਨ ਹੀ ਸੁਣਾਇਆ, ਅੰਮਾ ਤੂੰ ਬੋਕਰਾਂ ਵੀ ਫੇਰੀਆਂ ਤੇ ਕੁਰਾਨ ਹੀ ਸੁਣਾਇਆ, ਅੰਮਾ ਅੱਜ ਮੈਂ ਉਸੇ ਕੁਰਾਨ ਦੀਆਂ ਹਿਫਾਜ਼ਤਾਂ ਲਈ ਜਾ ਰਹੀਆਂ ਵਾ। ਨੌਜਵਾਨ ਇਮਾਮੇ ਅਲੀ ਮਕਾਮ ਰਜ਼ੀ ਅੱਲਾਹ ਤਾਲਾ ਨੂੰ ਮਾਂ ਦੀ ਖਬਰ ਤੇ ਰੋ ਰਹੇ, ਉਲਮਾ ਫਰਮਾਦੇ ਨੇ ਅਚਾਨਕ ਆਪ ਦੀ ਅੱਖ ਲੱਗੀ, ਮਾਂ ਨਦਰੀ ਆ ਗਈ, ਮਾਂ ਕਹਿਣ ਲੱਗੀ ਪੁੱਤਰਾ ਫਿਕਰ ਨਾ ਕਰ, ਚੁੱਪ ਕਰਕੇ ਕਰਬਲਾ ਦੇ ਮੈਦਾਨ ਦੇ ਅੰਦਰ ਚਲਾ ਜਾ, ਪੁੱਤਰਾ ਸਬਰ ਦਾ ਦਮਨ ਨਾ ਛੱਡੀ, ਜਾ ਮੈਂ ਤੇਰੇ ਨਾਲ ਵਾਅਦਾ ਕਰਨੀ ਆ, ਮੈਂ ਕਰਬਲਾ ਦੇ ਮੈਦਾਨ ਦੇ ਅੰਦਰ ਜ਼ਰੂਰ ਆਵਾਂਗੀ। ਐਵੇਂ ਨੀ ਮੀਆਂ ਸਾਹਿਬ ਰਹਿਮਤੁੱਲਾ ਅਲੈਹ ਫਰਮਾਇਆ, ਮਾਂ ਵਾ ਵਾਲਿਮ ਇਹ ਮਾਂ ਵਾ ਦੇ ਕੁਲ ਸੈ ਫਰਿਆਦ ਲੈ ਜਾਂਦੇ, ਪਰ ਮੋਈਆਂ ਮਾਵਾਂ ਇਹ ਵਾਲੇ ਰੋ ਰੋ ਇਹ ਆਪੇ ਚੁੱਪ ਕਰ ਜਾਂਦੇ। ਮੇਰੇ ਇਮਾਮੇ ਅਲੀ ਮਕਾਮ ਇਮਾਮੇ ਹੁਸੈਨ ਰਜ਼ੀ ਅੱਲਾਹੁ ਤਾਲਾ ਨੂੰ ਮਾਂ ਦੀ ਕਬਰ ਤੇ ਹਾਜ਼ਰ ਦਿੱਤੀ, ਅੰਮਾ ਮਦੀਨਾ ਛੱਡ ਚੱਲ, ਅੰਮਾ ਮਦੀਨਾ ਛੱਡ ਕੇ ਜਾ ਰਹੇ ਹਾਂ, ਸੈਯਦਾ ਜ਼ੈਨਬ ਵੀ ਰੋ ਰਹੀਆਂ ਕਿ ਅੱਜ ਸਾਡਾ ਸ਼ਹਿਰ ਮਦੀਨਾ ਤੈਯਬਾ ਜਿੱਥੇ ਸਾਰੀ ਜ਼ਿੰਦਗੀ ਗੁਜ਼ਾਰੀ ਹੈ, ਅੱਜ ਵੀ ਜਦੋਂ ਬੱਸਾਂ ਵਾਪਸੀ ਦਾ ਰੁੱਖ ਕਰਦੀਆਂ ਨਾ ਮਦੀਨਾ ਤੈਯਬਾ ਚੋਂ, ਤੇ ਸਾਰਿਆਂ ਦਾ ਕਲੇਜਾ ਮੂੰਹ ਨੂੰ ਆ ਜਾਂਦਾ ਹੈ, ਤੇ ਮੁੜ ਮੁੜ ਕੇ ਸਾਰੇ ਕਾਬੇ ਸਾਰੇ ਮਦੀਨਾ ਤੈਯਬਾ ਗੁੰਬਦ ਖਜ਼ਰਾ ਵੱਲ ਵੇਖਦੇ ਨੇ, ਕਮਲੀ ਵਾਲਿਆ ਮਦੀਨਾ ਛੁੱਟ ਚੱਲਿਆ, ਸੋਹਣਿਆ ਤੇਰਾ ਸ਼ਹਿਰ ਛੱਡ ਕੇ ਜਾ ਰਹੇ ਹਾਂ, ਪਤਾ ਨਹੀਂ ਜ਼ਿੰਦਗੀ ਦੁਬਾਰਾ ਵਫਾ ਕਰਨੀ ਕਿ ਨਹੀਂ ਕਰਨੀ। ਅੱਜ ਵੀ ਮਦੀਨਾ ਤੈਯਬਾ ਚਲੇ ਜਾਈਏ ਤੇ ਛੱਡ ਕੇ ਆਉਣ ਨੂੰ ਜੀ ਨਹੀਂ ਕਰਦਾ, ਉਹਨਾਂ ਕਿਵੇਂ ਮਦੀਨਾ ਛੱਡਿਆ ਹੋਵੇਗਾ, ਉਹਨਾਂ ਕਿਵੇਂ ਮਦੀਨਾ ਤੈਯਬਾ ਨੂੰ ਛੱਡ ਕੇ ਤੇ ਫੈਸਲਾ ਕੀਤਾ ਹੋਵੇਗਾ ਕਿ ਅਸੀਂ ਇੱਥੋਂ ਜਾ ਰਹੇ ਹਾਂ।
ਹਾਜ਼ਰ ਮੁਹਤਸ਼ਮ ਮੇਰੇ ਇਮਾਮੇ ਅਲੀ ਮਕਾਮ ਇਮਾਮੇ ਹੁਸੈਨ ਰਜ਼ੀ ਅੱਲਾਹ ਤਾਲਾ ਅਨਹੋ ਆਪ ਆਪਣੇ ਵੀਰ ਦੀ ਕਬਰ ਤੋਂ ਵੀ ਹਾਜ਼ਰੀ ਦੇ ਕੇ ਅਤੇ ਵੀਰ ਦੀ ਕਬਰ ਦੇ ਉੱਤੇ ਹਾਜ਼ਰੀ ਦੇ ਕੇ ਅਤੇ ਟੁਰੇ ਟੁਰੇ ਜਦੋਂ ਆਪ ਵਾਪਸ ਆਏ ਨਾ ਅਤੇ ਇਧਰੋਂ ਤਹੱਜਦ ਦੀ ਅਜ਼ਾਨਾਂ ਦਾ ਵੇਲਾ ਹੋ ਗਿਆ, ਇੱਧਰ ਤਹੱਜਦ ਦੀ ਨਮਾਜ਼ ਦਾ ਵੇਲਾ ਹੋ ਗਿਆ, ਫਜਰ ਦੀਆਂ ਅਜ਼ਾਨਾਂ ਹੋ ਰਹੀਆਂ। ਹਾਜ਼ਰ ਮੁਹਤਸ਼ਮ ਮਦੀਨਾ ਤਯਬਾ ਲੋਕ ਸਹਾਬਾ ਕਰਾਮ ਨਮਾਜ਼ ਪੜ੍ਹਨ ਵਾਸਤੇ ਆ ਰਹੇ ਨੇ ਅਤੇ ਜਦੋਂ ਵੇਖਿਆ ਨਾ ਕਿ ਮਦੀਨੇ ਵਾਲੇ ਮਦੀਨਾ ਛੱਡ ਕੇ ਜਾ ਰਹੇ ਨੇ, ਮਦੀਨਾ ਤਯਬਾ ਇਹ ਮਦੀਨਾ ਛੱਡ ਕੇ ਜਾ ਰਹੇ ਨੇ, ਜਿਹਨਾਂ ਨੂੰ ਲੋਕਾਂ ਨੇ ਆ ਕੇ ਇਮਾਮੇ ਹੁਸੈਨ ਰਜ਼ੀ ਅੱਲਾਹ ਤਾਲਾ ਅਨਹੋ ਦੇ ਕਦਮ ਪਕੜ ਲਏ, ਮਦੀਨਾ ਤਯਬਾ ਦੇ ਸਹਾਬਾ ਨੇ ਆ ਕੇ ਅਤੇ ਇਮਾਮੇ ਅਲੀ ਮਕਾਮ ਦੇ ਕਦਮ ਪਕੜ ਲਏ, ਹਜ਼ੂਰ ਲੋਕ ਤੁਹਾਨੂੰ ਵੇਖਣ ਵਾਸਤੇ ਆਉਂਦੇ ਨੇ, ਤੁਸੀਂ ਕਿੱਥੇ ਜਾ ਰਹੇ ਹੋ? ਲੋਕ ਤੁਹਾਨੂੰ ਮਦੀਨਾ ਤਯਬਾ ਮਿਲਣ ਵਾਸਤੇ ਆਉਂਦੇ ਨੇ ਤਾਂ ਸੁਣਿਆ ਤੁਸੀਂ ਮਦੀਨਾ ਛੱਡ ਕੇ ਜਾ ਰਹੇ ਹੋ? ਤੇ ਨੌਜਵਾਨੋ ਮੇਰੇ ਇਮਾਮੇ ਅਲੀ ਮਕਾਮ ਰਜ਼ੀ ਅੱਲਾਹ ਤਾਲਾ ਨੂੰ ਫਰਮਾਨ ਲੱਗਾ, ਮੈਨੂੰ ਰੋਕਿਆ ਜੇ ਨਾਮ ਐ ਲੱਗੇ ਮੈਂ ਕਮਲੀ ਵਾਲੇ ਦੀ ਇੱਜ਼ਤ ਲਈ ਛੋੜ ਕੇ ਜਾ ਰਿਹਾ ਵਾਂ, ਕਿਉਂਕਿ ਮੈਨੂੰ ਪਤਾ ਜੇ ਮੈਂ ਛੱਡ ਕੇ ਨਾ ਜਾਵਾਂ ਜੇ ਮੈਂ ਇੱਥੇ ਰਹਿ ਗਿਆ ਯਜ਼ੀਦ ਨੇ ਹਮਲਾ ਕਰ ਦੇਣਾ, ਮੈਂ ਨਹੀਂ ਚਾਹੁੰਦਾ ਮਦੀਨਾ ਤਯਬਾ ਦੇ ਅੰਦਰ ਕੋਈ ਵੀ ਖੂਨ ਰੇਦੀ ਹੋ ਜਾਏ, ਮੈਂ ਨਹੀਂ ਚਾਹੁੰਦਾ ਕੋਈ ਵੀ ਫਸਾਦ ਹੋ ਜਾਏ, ਇਸ ਵਾਸਤੇ ਅਸੀਂ ਮਦੀਨਾ ਛੱਡ ਕੇ ਜਾ ਰਹੇ ਹਾਂ। ਮੇਰੇ ਇਮਾਮ ਤਿਆਰੀ ਪੇ ਕਰਦੇ ਨੇ, ਘਰ ਵਾਲੇ ਤਿਆਰ ਪਏ ਹੁੰਦੇ ਨੇ, ਨੌਜਵਾਨ ਦੇ ਤਿਆਰੀਆਂ ਪਈਆਂ ਹੁੰਦੀਆਂ ਨੇ, ਸੈਯਦਾ ਜ਼ੈਨਬ ਤਿਆਰੀ ਫਰਮਾ ਲਈ, ਇੱਧਰ ਮਾਂ ਦੇ ਹੁਜਰੇ ਨੂੰ ਥਾਲਾ ਮਾਰੀਆਂ, ਨਾਲੇ ਰੋਕ ਕਹਿੰਦੀਆਂ ਨੇ ਜਿੰਦ ਰਾਮਾਰ ਇਗਰਾਨੂ ਜ਼ੈਨਬ ਜਿੰਦ ਰਾਮਾਰ ਇਗਰਾਨੂ ਜ਼ੈਨਬ ਇਹ ਰੋਂਦੀ ਕਰਕੇ ਜ਼ਾਰੀ ਵਤਨਾ ਵਾਲਿਓ ਤੁਸੀਂ ਖੈਰੀ ਬਸੋ, ਅੱਜ ਸਾਡੀ ਕੂਚ ਸਵਾਰੀ। ਨੌਜਵਾਨੋ ਮੈਨੂੰ ਤੇ ਤੁਹਾਨੂੰ ਆਪਣਾ ਘਰ ਹੀ ਛੱਡਣਾ ਪੈ ਜਾਏ, ਆਪਣਾ ਸ਼ਹਿਰ ਛੱਡਣਾ ਪੈ ਜਾਏ, ਗੱਲ ਔਖੀ ਹੋ ਜਾਂਦੀ ਏ, ਕਲੇਜਾ ਮੂੰਹ ਨੂੰ ਆ ਜਾਂਦਾ। ਫਿਰ ਉਹਨਾਂ ਨੇ ਮਦੀਨਾ ਕਿਵੇਂ ਛੱਡਿਆ ਹੋਵੇਗਾ ਜਿਨ੍ਹਾਂ ਦੇ ਵੇੜੇ ਕੁਰਾਨ ਨਾਜ਼ਿਲ ਹੁੰਦਾ ਰਿਹਾ। ਮਦੀਨਾ ਤਯਬਾ ਆਸ਼ਿਕ ਕੋਲੋਂ ਛੱਡਿਆ ਨਹੀਂ ਜਾਂਦਾ, ਤੇ ਜਿਨ੍ਹਾਂ ਦੇ ਵਿਹੜੇ ਕੁਰਾਨ ਨਾਜ਼ਿਲ ਹੋਇਆ ਹੋਵੇਗਾ ਉਹਨਾਂ ਨੂੰ ਆਪਣਾ ਘਰ ਕਿਵੇਂ ਛੱਡਣਾ ਪਿਆ ਹੋਵੇਗਾ? ਉਹਨਾਂ ਦੇ ਉੱਤੇ ਕੀ ਬੀਤਦੀ ਹੋਵੇਗੀ? ਕਿਨ ਲਮਹਾਤ ਦੇ ਅੰਦਰ ਉਹਨਾਂ ਨੇ ਫੈਸਲਾ ਕੀਤਾ ਹੋਵੇਗਾ ਅਸੀਂ ਮਦੀਨਾ ਆਪਣਾ ਘਰ ਛੱਡ ਕੇ ਜਾ ਰਹੇ ਹਾਂ? ਕਾਹਦੇ ਵਾਸਤੇ? ਸਿਰਫ ਦੀਨ ਦੀ ਖਾਤਰ, ਸਿਰਫ ਦੀਨ ਦੀ ਖਾਤਰ। ਯਾ ਆਕਾ ਕਰੀਮ ਅਲੈਹਿ ਸਲਾਤੁ ਵਸਲਾਮ, ਜਾਨ ਜਾਂਦੀ ਇੱਥੇ ਜਾਵੇ ਪਰ ਦੀਨ ਬਾਕੀ ਰਹਿ ਜਾਵੇ, ਅਸੀਂ ਮਦੀਨਾ ਆਪਣਾ ਸ਼ਹਿਰ ਛੱਡ ਕੇ ਚਲੇ ਜਾਂਦੇ। ਮੇਰੇ ਇਮਾਮੇ ਅਲੀ ਮਕਾਮ ਇਮਾਮੇ ਹੁਸੈਨ ਰਜ਼ੀ ਅੱਲਾਹ ਤਾਲਾ ਅਨਹੋ ਤਿਆਰੀ ਫਰਮਾ ਲਈ, ਤਿਆਰੀ ਪੇ ਕਰਦੇ ਨੇ ਕਿ ਅਸੀਂ ਜਾ ਰਹੇ ਹਾਂ। ਹਾਜ਼ਰ ਮੁਹਤਸ਼ਮ ਸੈਯਦਾ ਜ਼ੈਨਬ ਰਜ਼ੀ ਅੱਲਾਹ ਤਾਲਾ ਅਨਹਾ, ਮੇਰਾ ਇਮਾਨ ਕਹਿੰਦਾ ਜਦੋਂ ਮਾਂ ਦੇ ਹੁਜਰੇ ਨੂੰ ਤਾਲਾ ਮਾਰਿਆ ਹੋਵੇਗਾ, ਜਦੋਂ ਮਾਂ ਦੇ ਹੁਜਰੇ ਨੂੰ ਜੰਦਰਾ ਮਾਰਿਆ ਹੋਵੇਗਾ, ਮੇਰਾ ਇਮਾਨ ਕਹਿੰਦਾ ਉਹਨਾਂ ਨੇ ਆਖਿਆ ਹੋਵੇਗਾ, ਸੁਣ ਲਓ ਸ਼ੈਰੇ, ਸੁਣ ਲਓ ਸ਼ੈਰੇ, ਮਦੀਨੇ ਦੀ ਲੋਕੋ ਮੈਨੂੰ ਪਿਆ ਉਮਰ ਦਾ ਰੋਣਾ, ਜਦ ਮੈਂ ਮੁੜੀ ਮਦੀਨੇ ਆਉਣਾ
ਮੇਰੇ ਨਾਲ ਕਿਸੇ ਨਹੀਂ ਹੋਣਾ। ਇਹ ਜਦ ਮੈਂ ਮੁੜੀ ਮਦੀਨੇ ਆਉਣਾ, ਮੇਰੇ ਨਾਲ ਕਿਸੇ ਨਹੀਂ ਹੋਣਾ। ਸੈਦਾ ਜ਼ੈਨਬ ਫਰਮਾ ਰਹੀ ਹੈ, ਮੇਰੇ ਕਾਸਮ ਨੂੰ ਰੱਜ ਰੱਜ ਕੇ ਵੇਖ ਲੋ, ਮੇਰੇ ਅਲੀ ਅਕਬਰ ਨੂੰ ਰੱਜ ਰੱਜ ਕੇ ਵੇਖ ਲੋ, ਜਦੋਂ ਅਸਾਂ ਤੁਰ ਜਾਣਾ ਵਾਪਸ ਕੋਈ ਨਹੀਂ ਆਉਣਾ। ਨੌਜਵਾਨ ਇਮਾਮ ਅਲੀ ਮਕਾਮ ਇਮਾਮ ਕਾਸਮ ਰਜ਼ੀ ਅੱਲਾਹੁ ਤਾਲਾ ਅਨਹੁ, ਹਜ਼ਰਤ ਇਮਾਮ ਹਸਨ ਦਾ ਪੁੱਤਰ ਏ, ਐਸਾ ਕੁਰਾਨ ਦਾ ਕਾਰੀ ਏ। ਉਲਮਾ ਫਰਮਾਉਂਦੇ ਨੇ ਜਦੋਂ ਵੀ ਕੁਰਾਨ ਪੜ੍ਹਦੇ ਨੇ ਲੋਕਾਂ ਦਾ ਮੇਲਾ ਲੱਗ ਜਾਂਦਾ, ਲੋਕ ਇਕੱਠੇ ਹੋ ਜਾਂਦੇ ਨੇ ਕੁਰਾਨ ਸੁਣਨ ਵਾਸਤੇ, ਐਸਾ ਸੋਹਣਾ ਕੁਰਾਨ ਪੜ੍ਹਦੇ ਨੇ। ਕਿਉਂ ਨਾ ਕੁਰਾਨ ਸੋਹਣਾ ਪੜ੍ਹਦੇ, ਉਹਨਾਂ ਦੇ ਵਿਹੜੇ ਆਪ ਹੀ ਕੁਰਾਨ ਨਾਜ਼ਲ ਹੋਇਆ, ਉਹਨਾਂ ਨੂੰ ਇਹ ਸ਼ਰਫ ਅੱਲਾ ਨੇ ਅਤਾ ਫਰਮਾਇਆ, ਉਹਨਾਂ ਦੇ ਵਿਹੜੇ ਕੁਰਾਨ ਨਾਜ਼ਲ ਹੋਇਆ। ਐਸੇ ਕੁਰਾਨ ਦੇ ਕਾਰੀ ਨੇ ਇਮਾਮ ਹੁਸੈਨ ਰਜ਼ੀ ਅੱਲਾਹੁ ਤਾਲਾ ਅਨਹੁ, ਜਦੋਂ ਆਪ ਮਦੀਨਾ ਤੈਯਬਾ ਛੱਡ ਕੇ ਅਤੇ ਹਜ਼ੂਰ ਅਲੈਹਿ ਸਲਾਤੁ ਵਸਲਾਮ ਦੇ ਗੁੰਬਦ ਖਜ਼ਰਾ ਵੱਲ ਮੁੜ ਕੋ ਮੁੜ ਕੇ ਵੇਖਦੇ ਨੇ ਨਾ, ਮੁੜ ਮੁੜ ਕੇ ਸਰਕਾਰ ਦੇ ਰੋਜ਼ੇ ਅਨਵਲ ਵੱਲ ਵੇਖਦੇ ਨੇ ਕਿ ਸੋਹਣਿਆ ਕਮਲੀ ਵਾਲਿਆ ਤੇਰਾ ਮਦੀਨਾ ਛੱਡ ਚੱਲਿਆ, ਛੁੱਟ ਚੱਲਿਆ ਤੇਰਾ ਮਦੀਨਾ ਸ਼ਹਿਰ, ਤੇਰਾ ਮਦੀਨਾ ਸ਼ਹਿਰ ਅਸੀਂ ਛੱਡ ਕੇ ਜਾ ਰਹੇ ਤੇਰੀ ਇੱਜ਼ਤ ਦੀ ਖਾਤਰ। ਸੋਹਣਿਆ ਤੂੰ ਮੇਰੀ ਇੱਜ਼ਤ ਦੀ ਖਾਤਰ ਆਪਣਾ ਮਿੰਬਰ ਛੱਡਿਆ ਸੀ, ਅੱਜ ਮੈਂ ਤੇਰੀ ਇੱਜ਼ਤ ਦੀ ਖਾਤਰ ਮਦੀਨਾ ਤੈਯਬਾ ਹੀ ਛੱਡ ਕੇ ਜਾ ਰਿਹਾ, ਛੱਡ ਕੇ ਜਾ ਰਿਹਾ। ਅਤੇ ਨਾਲੇ ਇਮਾਮ ਅਲੀ ਮਕਾਮ ਵੇਖ ਕੇ ਕਹਿੰਦੇ ਨੇ, ਜਾਂਦੀ ਏ ਜਾਨ ਹੁਸੈਨ ਦੀ ਸੈਵਾਰੀ ਤੁਰ ਜਾਵੇ, ਪਰਸ਼ਾਲਾ ਸ਼ਹਿਰ ਤੇਰੇ ਵੱਲ ਨਾਨਾ, ਪਰਸ਼ਾਲਾ ਸ਼ਹਿਰ ਤੇਰੇ ਵੱਲ ਨਾਨਾ, ਕਦੇ ਤੱਤੀ ਹਵਾ ਨਾ ਆਵੇ। ਸੋਹਣਾ ਸੀ ਤੇਰੀ ਇੱਜ਼ਤ ਦੀ ਖਾਤਰ ਅਸੀਂ ਮਦੀਨਾ ਤੈਯਬਾ ਹੀ ਛੱਡ ਕੇ ਚਲੇ ਜਾਂਦੇ ਹਾਂ। ਅੱਲਾ ਕਰੀਮ ਦੀ ਬਾਰਗਾਹ ਦੇ ਅੰਦਰ ਦੁਆਏ, ਅੱਲਾ ਸਾਰਿਆਂ ਦੀ ਹਾਜ਼ਰੀ ਕਬੂਲ ਫਰਮਾਏ।